ਸਿੱਖਿਆ ਮੰਤਰੀ ਔਰ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਭਾਉਂਦੇ ਰਹਿਣ ਪੰਜਾਬ ਨੂੰ ਸਿੱਖਿਅਤ ਕਰਨ ਦੇ ਲਈ। ਹਾਲਾਂਕਿ ਅਨੇਕਾਂ ਸਵਾਲ ਵੀ ਉੱਠਦੇ ਨੇ ਔਰ ਇਹ ਸਵਾਲ ਉੱਠਦੇ ਰਹਿਣੇ ਆ, ਪਰ ਜਿੱਦਾਂ ਕਹਿੰਦੇ ਪ੍ਰੈਕਟੀਕਲ ਅਗਰ ਕਰਕੇ ਦਿਖਾਉਣਗੇ, ਅਗਰ ਅਸਲ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਵੱਡਾ ਫੇਰਬਦਲ ਵੱਡਾ ਬਦਲਾਅ ਦਿਖੇਗਾ ਤਾਂ ਫਿਰ ਸ਼ਾਇਦ ਬਹੁਤੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਪੈਣਗੇ। ਜੀ ਜੀ, ਮੂਵਿੰਗ ਔਨ ਟੂ ਦ ਨੈਕਸਟ ਸੈਸ਼ਨ, ਨਪਿੰਦਰ, ਅਸੀਂ ਗੱਲ ਕਰਾਂਗੇ ਐਨਆਰਆਈ ਮਹਿਕਮੇ ਦੀ। ਪੰਜਾਬੀਆਂ ਚ ਵਿਦੇਸ਼ ਜਾਣ ਦੀ ਚਾਹ ਤੇ ਜਗ ਜ਼ਾਹਰ ਹੈ, ਚਾਹੇ ਉਹ ਨੌਕਰੀ ਕਰਨਾ ਹੋਏ ਚਾਹੇ ਉਹ ਪੜ੍ਹਾਈ ਕਰਨਾ ਹੋਏ, ਤੇ ਵਿਦੇਸ਼ਾਂ ਚ ਰਹਿੰਦੇ ਪੰਜਾਬੀਆਂ ਦੀ ਜ਼ਰੂਰਤਾਂ ਦਾ ਖਿਆਲ ਰੱਖਦੇ ਮੰਤਰੀ ਕੁਲਦੀਪ ਧਾਲੀਵਾਲ ਫਿਰ ਨੈਕਸਟ ਸੈਸ਼ਨ ਨੂੰ ਮੋਡਰੇਟ ਕਰਨਗੇ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਐਂਡ ਅਮਨ ਭਾਰਦਵਾਜ। ਤਾਂ ਬਿਲਕੁਲ, ਜਦੋਂ ਐਨਆਰਆਈ ਸ਼ਬਦ ਦੀ ਗੱਲ ਹੁੰਦੀ ਹੈ ਤਾਂ ਸਿੱਧਾ ਵਿਦੇਸ਼ਾਂ ਵਾਲੇ ਪਾਸੇ ਜੋ ਝਾਕਦੇ ਆ ਪੰਜਾਬ ਦੇ ਨਾਲ ਆ ਗੱਲ ਜੁੜਦੀ ਹੈ। ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਅਗਰ ਅਸੀਂ 30-40 ਸਾਲ ਤੋਂ ਵੀ ਜ਼ਿਆਦਾ ਪਿੱਛੇ ਚਲੇ ਜਾਈਏ ਤਾਂ ਪੰਜਾਬ ਦੇ ਵਿੱਚ ਰੁਝਾਨ ਰਿਹਾ ਵਿਦੇਸ਼ਾਂ ਦੇ ਵਿੱਚ ਜਾ ਕੇ ਕਾਰੋਬਾਰ ਕਰਨ ਦਾ, ਨੌਕਰੀ ਕਰਨ ਦਾ, ਤਾਂ ਕਿ ਤਰੱਕੀ ਦੇ ਰਾਹਾਂ ਤੇ ਚੱਲਿਆ ਜਾ ਸਕੇ। ਪੰਜਾਬ ਤੋਂ ਬਾਹਰ ਵੀ ਅਨੇਕਾਂ ਸੂਬਿਆਂ ਦੇ ਵਿੱਚ ਪੰਜਾਬੀਆਂ ਨੇ ਜਾ ਕੇ ਝੰਡੇ ਗੱਡੇ ਨੇ। ਤਾਂ ਹੁਣ ਬਾਹਰ ਬੈਠੇ ਜਿਹੜੇ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਗਏ ਨੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਤੇ ਆ। ਆਪ ਵੀ ਅਮਰੀਕਾ ਦੇ ਵਿੱਚ ਲੰਬਾ ਟਾਈਮ ਰਹਿ ਕੇ ਆਏ ਨੇ ਤਾਂ ਸਦਾ ਦਿੰਦਾ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ। ਧਾਲੀਵਾਲ ਜੀ, ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਆ, ਵਿਦੇਸ਼ ਚ ਬੈਠੇ ਕਹਿੰਦੇ ਨੇ ਐਨਆਰਆਈ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਤੁਹਾਨੂੰ ਲਿਆਉਣ ਦੇ ਲਈ ਵੱਡੀ ਭੂਮਿਕਾ ਅਦਾ ਕੀਤੀ ਆ, ਤਾਂ ਜ਼ਿੰਮੇਵਾਰੀ ਹੁਣ ਕਹਿੰਦੇ ਕਿ ਮੁੱਲ ਮੋੜਨ ਦੀ ਆ, ਤਾਂ ਉਹਨਾਂ ਦਾ ਮੁੱਲ ਤੁਸੀਂ ਮੋੜ ਰਹੇ ਹੋ ਜਾਂ ਨਹੀਂ? ਇਹ ਐਨਆਰਆਈ ਤੁਹਾਡੇ ਤੋਂ ਖੁਸ਼ ਨੇ, ਤੁਹਾਡੇ ਕੰਮ ਤੋਂ ਥੋੜੀ ਬਹੁਤੀ ਤਸੱਲੀ ਪ੍ਰਗਟਾਉਂਦੇ ਨੇ। ਅਨੇਕਾਂ ਸਵਾਲ ਨੇ, ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਨੇ। ਜਿਹੜੇ ਲੋਕਾਂ ਦੇ ਸਵਾਲ ਨੇ, ਵਿਦੇਸ਼ਾਂ ਚ ਬੈਠੇ ਐਨਆਰਆਈ ਨੇ ਉਹਨਾਂ ਦੇ ਸਵਾਲ ਨੇ, ਉਹ ਸਵਾਲ ਇਸ ਵੇਲੇ ਸਾਡੇ ਸਾਥੀ ਅਮਨ ਭਾਰਦਵਾਜ ਤੇ ਗੌਰਵ ਸ਼ੁਕਲਾ ਦੇ ਕੋਲੇ ਨੇ। ਇਹਨਾਂ ਦੇ ਰਾਹੀਂ ਉਹਨਾਂ ਐਨਆਰਆਈਆਂ ਦੇ ਸਵਾਲਾਂ ਦੇ ਜਵਾਬ ਦਿਓ। ਧਾਲੀਵਾਲ ਸਾਹਿਬ ਜੀ, ਓਵਰ ਟੂ ਯੂ। ਅਮਨ ਐਂਡ ਗੌਰਵ, ਧੰਨਵਾਦ ਨਪਿੰਦਰ। ਸ਼ੁਕਰੀਆ ਨਪਿੰਦਰ, ਸ਼ੁਕਰੀਆ ਸਰਜੋਤ। ਐਨਆਰਆਈ ਦੇ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਕੁਲਦੀਪ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ। ਆਪਾਂ ਜਿੰਨੇ ਇੱਥੇ ਪੰਡਾਲ ਦੇ ਵਿੱਚ ਬੈਠੇ ਹਾਂ ਜਾਂ ਫਿਰ ਜਿਹੜੇ ਸਾਡੇ ਦਰਸ਼ਕ ਘਰਾਂ ਤੋਂ ਵੀ ਜੁੜੇ ਹੋਏ ਨੇ, ਖਾਸ ਤੌਰ ਤੇ ਪੰਜਾਬ ਤੋਂ, ਆਪਣਾ ਕੋਈ ਨਾ ਕੋਈ ਵਿਦੇਸ਼ ਦੇ ਵਿੱਚ ਹੁੰਦਾ ਹੈ, ਕਿਸੇ ਦੇ ਬਿਲਕੁਲ ਜਿਹੜੇ ਨੇੜੇ ਦੇ ਰਿਸ਼ਤੇਦਾਰ ਹੁੰਦੇ ਨੇ, ਆਪਣਿਆਂ ਦੇ ਵਿੱਚੋਂ ਕਈਆਂ ਦੇ ਦੂਰ ਦੇ ਰਿਸ਼ਤੇਦਾਰ ਹੁੰਦੇ ਨੇ। ਪਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇੱਕ ਤਰੀਕੇ ਨਾਲ ਪੰਜਾਬੀਆਂ ਦਾ ਦੂਜਾ ਘਰ ਬਣ ਗਿਆ। ਘਰ ਬਣਨ ਦੇ ਨਾਲ ਨਾਲ ਉਹਨਾਂ ਦੀਆਂ ਵੀ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਜੋ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਤੇ ਉਹ ਸੋਲਵ ਕਰਵਾਉਣਾ ਚਾਹੁੰਦੇ ਨੇ, ਔਰ ਸਮੇਂ ਸਮੇਂ ਦੇ ਉੱਤੇ ਇਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਵੀ ਬਣੀਆਂ। ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇੱਕ ਹੋਰ ਬਹੁਤ ਇੰਪੋਰਟੈਂਟ ਹੈ, ਮੈਂ ਸ਼ੁਰੂਆਤ ਕਰਦਾ ਮੰਤਰੀ ਜੀ। ਦੇਖੋ, ਗੱਲ ਇਹ ਹੈ ਕਿ ਜਿਹੜੇ ਐਨਆਰਆਈ ਨੇ ਨਾ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਇਹ ਗਿਲਾ ਰਹਿੰਦਾ, ਕਹਿੰਦੇ ਸਾਨੂੰ ਇਲੈਕਸ਼ਨ ਚ ਯਾਦ ਕਰਦੇ ਆ, ਹੁਣ 2024 ਦੇ ਇਲੈਕਸ਼ਨ ਨੇ। ਮੈਂ ਸ਼ੁਰੂਆਤ ਤੁਹਾਡੇ ਤੋਂ ਇਸੀ ਗੱਲ ਤੋਂ ਕਰਦਾ ਕਿ ਐਨਆਰਆਈ ਦੇ ਡਿਪਾਰਟਮੈਂਟ ਨੂੰ, ਐਨਆਰਆਈ ਅਫੇਅਰਸ ਤੁਹਾਡੇ ਕੋਲ ਹੈਗਾ, ਕਿਹੜੀਆਂ ਚੁਣੌਤੀਆਂ ਹੁਣ ਤੱਕ ਤੁਹਾਡੇ ਸਾਹਮਣੇ ਆਈਆਂ, ਉਸ ਨੂੰ ਸਾਰਟ ਆਊਟ ਕਿਵੇਂ ਕੀਤਾ? ਬਹੁਤ ਸਾਰੇ ਐਨਆਰਆਈ ਦੇ ਕੰਪਲੇਂਟ ਕਰਦੇ ਕਿ ਸਾਡੀ ਕਿਸੇ ਫਲਾਣੇ ਉੱਥੇ ਜਾ ਕੇ ਨਹੀਂ ਹੱਲ ਹੋ ਰਹੀ ਪ੍ਰੋਬਲਮ ਜਾਂ ਸਾਨੂੰ ਐਵੇਂ ਦਿੱਕਤ ਆ ਰਹੀ ਹੈ। ਤੁਸੀਂ ਜਦੋਂ ਤੋਂ ਮੰਤਰਾਲਾ ਸੰਭਾਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਚੇਂਜਿਸ ਜਾਂ ਤੁਸੀਂ ਕੀ ਚੇਂਜਿਸ ਕਰਨ ਦੇ ਵਿੱਚ ਕਾਮਯਾਬ ਰਹੇ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ, ਜਿਹੜਾ ਬਾਕੀ ਚੀਜ਼ਾਂ ਦੇ ਵਿੱਚ ਬਦਲਾਅ ਆਇਆ ਪੰਜਾਬ ਦੇ ਵਿੱਚ, ਨਾਲ ਹੀ ਜਿਹੜਾ ਸਾਡਾ ਐਨਆਰਆਈ ਡਿਪਾਰਟਮੈਂਟ ਹੈ ਉਹਦੇ ਵਿੱਚ ਵੀ ਇੱਕ ਵੱਡਾ ਬਦਲਾਅ ਇਸ ਕਰਕੇ ਆਇਆ ਕਿ ਜਿਹੜੇ ਬਾਹਰ ਬੈਠੇ ਐਨਆਰਆਈ ਹੈ ਜੀ, ਉਹਨਾਂ ਦਾ ਹਮੇਸ਼ਾ ਇੱਕ ਗਿਲਾ ਰਹਿੰਦਾ ਕਿ ਜਦੋਂ ਪੰਜਾਬ ਤੋਂ ਕੋਈ ਪੋਲੀਟੀਸ਼ੀਅਨ ਬਾਹਰ ਜਾਂਦਾ
ਉਹ ਸਾਡੀ ਬੜੀ ਇੱਜ਼ਤ ਮਾਨ ਕਰਦੇ ਆ, ਬਹੁਤ ਰੈਸਟੋਰੈਂਟਾਂ ਤੇ ਦੂਜੀਆਂ ਥਾਵਾਂ ਤੇ ਮੀਟਿੰਗਾਂ ਕਰਾਉਂਦੇ ਆ, ਮਾਨ ਸਨਮਾਨ ਕਰਦੇ ਆ। ਪਰ ਜਦੋਂ ਉਹ ਇੱਥੇ ਆਉਂਦੇ ਆ ਉਦੋਂ ਉਹਨਾਂ ਨੂੰ ਸਰਕਾਰਾਂ ਪੁੱਛਦੀਆਂ ਨੀ, ਉਦੋਂ ਉਹਨਾਂ ਨੂੰ ਮੰਤਰੀ ਮਿਲਦੇ ਨੀ, MLA ਮਿਲਦੇ ਨੀ, ਤੇ ਕਹਿਣ ਨੂੰ ਹੀ ਮਤਲਬ ਇੱਕ NRI ਮਹਿਕਮਾ ਤੇ ਪ੍ਰੈਕਟੀਕਲੀ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ। ਠੀਕ ਹੈ, ਇੱਕ ਤੇ ਮਾਨ ਸਾਹਿਬ ਦੀ ਸਰਕਾਰ ਨੇ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ NRI ਵਾਸਤੇ ਬਹੁਤ ਸਹਿਯੋਗ ਆ, ਔਰ ਸਾਡਾ ਜਿਹੜਾ ਮਹਿਕਮਾ ਜਿਹੜਾ ਮੇਰੇ ਕੋਲ ਮਹਿਕਮਾ ਮੇਰੀ ਡਿਊਟੀ ਲਾਈ ਹੈ CM ਸਾਹਿਬ ਨੇ, ਅਸੀਂ ਬਹੁਤ ਸਾਰੀਆਂ ਵੇਖੋ ਪ੍ਰੋਬਲਮਾਂ ਤੇ NRI ਦੀਆਂ ਬਹੁਤ ਨੇ। ਬਿਲਕੁਲ, ਪਹਿਲੀ ਤੇ ਪ੍ਰੋਬਲਮ ਇਹ ਆ ਕਿ ਪੰਜਾਬ ਚ ਪ੍ਰਵਾਸ ਜਿਹੜਾ ਬੰਦ ਹੋਣਾ ਚਾਹੀਦਾ, ਪ੍ਰਵਾਸ ਹੱਦਾਂ ਪਾਰ ਕਰ ਗਿਆ ਜੀ, ਹੁਣ ਮਤਲਬ ਪ੍ਰਵਾਸ ਜਿਹੜਾ ਰੁਕਣਾ ਚਾਹੀਦਾ। ਪਹਿਲੀ ਤੇ ਸਾਡੇ ਗਾੜੀ ਇਹ ਚੈਲੰਜ ਹੈ। ਬਿਲਕੁਲ, ਕਿ ਸਾਡੀ ਸਰਕਾਰ ਇੱਦਾਂ ਦੇ ਕੰਮ ਕਰਦੇ ਜਿਹੜੀ ਮਾਨ ਸਾਹਿਬ ਕਰ ਰਹੀ ਆ, ਇੰਨੀਆਂ ਕੁ ਨੌਕਰੀਆਂ ਦੇ ਦਈਏ, ਇੰਨੀ ਕੁ ਇੰਡਸਟਰੀ ਆ ਜੇ ਕਿ ਹਰ ਬੰਦੇ ਨੂੰ ਸਾਹਸ ਹੋਵੇ ਕਿ ਮੈਨੂੰ ਪੰਜਾਬ ਚ ਨੌਕਰੀ ਮਿਲ ਜਾਣੀ ਹੈ, ਉਹਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਇੱਧਰ ਉੱਧਰ ਜਾਣ ਦੀ ਲੋੜ ਨਾ ਪਵੇ। ਇਹਦੇ ਤੇ ਅਸੀਂ ਕੰਮ ਕਰ ਰਹੇ ਪੰਜਾਬ ਦੇ ਵਿੱਚ, ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ, ਤੇ ਮੇਰਾ ਖਿਆਲ ਹੈ ਕਿ ਅਗਲੇ ਕੁਛ ਸਾਲਾਂ ਦੇ ਵਿੱਚ ਮਤਲਬ ਇਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਜੂਗੇ, ਕਿਉਂਕਿ ਜਿਹੜੇ ਭੱਜ ਭੱਜ ਕੇ ਲੋਕ ਬਾਹਰ ਜਾਂਦੇ ਸੀ ਉਹ ਰੁਕਣੇ ਸ਼ੁਰੂ ਹੋ ਜਾਣਗੇ। ਦੂਜਾ ਇਹ ਕਿ NRI ਜਦੋਂ ਚਲੇ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਮੇਜਰ ਪ੍ਰੋਬਲਮ ਹੈ, ਉਹਨਾਂ ਦੀ ਜਿਹੜੀ ਪ੍ਰੋਪਰਟੀ ਹੈ, ਜਿਹੜੀ ਉਹਨਾਂ ਦਾ ਘਰ ਲਾ ਲਓ, ਕੋਠੀ ਲਾ ਲਓ, ਜ਼ਮੀਨ ਲਾ ਲਓ, ਇਹ ਜਿਹੜੀ ਪ੍ਰੋਪਰਟੀ ਹੈ ਇਹ ਜਦੋਂ ਉਹ ਆਪਣਿਆਂ ਨੂੰ ਛੱਡ ਕੇ ਜਾਂਦੇ ਆ ਜੀ, ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ NRI ਦੀ ਅਜੇ ਤੱਕ ਪਿਛਲੇ 2 ਸਾਲਾਂ ਚ ਤੇ ਇਹ ਤੋਂ ਪਹਿਲਾਂ ਵੀ ਕਿਸੇ ਹਰਿਆਣੇ ਵਾਲੇ ਨੇ, ਕਿਸੇ ਦਿੱਲੀ ਵਾਲੇ ਨੇ, ਕਿਸੇ ਯੂਪੀ ਵਾਲੇ ਨੇ, ਕਿਸੇ ਬਿਹਾਰ ਵਾਲੇ ਨੇ, ਕਿਸੇ ਨੇ ਵੀ NRI ਦੀ ਪ੍ਰੋਪਰਟੀ ਤੇ ਆ ਕੇ ਕਬਜ਼ਾ ਨਹੀਂ ਕੀਤਾ। ਠੀਕ ਹੈ, ਜਿੰਨੇ ਮਤਲਬ ਕਬਜ਼ੇ ਹੋਏ ਆ ਉਹਨਾਂ ਦੇ ਫੈਮਿਲੀਆਂ ਦੇ ਡਿਸਪਿਊਟ ਆ, ਚਾਚਿਆਂ ਦੇ ਪੁੱਤਾਂ ਦਾ, ਤਾਏ ਦੇ ਪੁੱਤਾਂ ਦਾ, ਮਾਮਿਆਂ ਦੇ ਪੁੱਤਾਂ ਦਾ, ਸਰਦਿਕ ਦੀ ਪਿਓ ਪੁੱਤਾਂ ਦਾ, ਬਹੁਤ ਵੱਡੇ। ਅੱਜ ਸਵੇਰੇ 4-5 ਕੇਸ ਅੱਜ ਹੀ ਸਵੇਰੇ ਮੈਂ ਕਰਕੇ ਆਇਆ ਜੀ, ਮਤਲਬ ਇੱਥੇ ਆ ਕੇ ਉਦਾਂ ਦੀ ਗੱਲ ਰੁਕ ਜਾਂਦੀ, ਸਾਡੀ ਕੋਠੀ ਮੰਨ ਲਈ ਜੀ, ਸਾਡੀ ਜ਼ਮੀਨ ਮੰਨ ਲਈ ਜੀ, ਸਾਡੇ ਕੋਲ ਠੇਕੇ ਦੇ ਲਈ ਸੀ, ਸਾਡੀ ਗਰਦੌਰੀ ਕਰਾ ਲਈ ਜੀ, ਸਮਝਦੇ ਕਿ ਦੀ ਗੱਲ। ਤੇ ਪਿਛਲੇ ਸਾਲ ਅਸੀਂ ਮਤਲਬ ਜਿਹੜੀਆਂ ਜਦੋਂ ਇਹ ਮਸਲਾ ਆਇਆ ਕਿ NRI ਦੀ ਕੋਈ ਸੁਣਦਾ ਨੀ, ਤੇ ਫਿਰ ਮੈਂ ਕੀ ਕੀਤਾ ਕਿ ਮਾਨ ਸਾਹਿਬ ਨੂੰ ਮੈਂ ਕਿਹਾ ਜੀ ਮਾਨ ਸਾਹਿਬ ਆਪਾਂ NRI ਮਿਲਣੀ ਕਰਦੇ ਹਾਂ, NRI ਨੂੰ ਮੌਕੇ ਤੇ ਸੱਦਦੇ ਹਾਂ। ਜਿਹੜੇ ਬੰਦੇ ਇਹ ਕਹਿੰਦੇ ਆ ਕਿ ਸਾਡੀ ਗਿਆਨ ਦੀ ਕੋਈ ਸੁਣਦਾ ਨੀ ਜੀ, ਅਸੀਂ 5 NRI ਮਿਲਣੀਆਂ ਕੀਤੀਆਂ, ਔਰ ਮਿਲਦੀਆਂ ਇਹ ਨੀ ਕੀਤੇ ਆ ਕਿ ਮੈਂ ਬੈਠਾ ਤੇ ਕੋਈ ਮੀਡੀਆ ਵਾਲੇ ਦੋਸਤ ਬੈਠੇ ਆ ਜੀ, ਨਹੀਂ, ਬਿਲਕੁਲ ਉਸ ਜ਼ਿਲ੍ਹੇ ਦੇ ਸਾਰੇ ਅਫਸਰ, DC, SSP, SDM, ਤਹਿਸੀਲਦਾਰ, ਸਾਰੇ ਅਫਸਰ ਭਾਏ ਉਹਨਾਂ ਦੇ ਸਾਹਮਣੇ ਕਿ ਤੁਸੀਂ ਦੱਸੋ ਜੀ ਕੀ ਪ੍ਰੋਬਲਮ ਹੈ ਤੁਹਾਡੀ ਜੀ। ਔਰ ਅਸੀਂ 5 ਜਿਹੜੀਆਂ ਐਸੀ ਕੀਤੀਆਂ ਸੀਗੀਆਂ, ਉਹਦੇ ਸਾਨੂੰ 605 ਕੇਸ ਆਏ ਪੂਰੇ ਪੰਜਾਬ ਚ, ਜਿਹੜੇ NRI ਨੇ ਖੁਦ ਆ ਕੇ ਦਿੱਤੇ ਮੌਜੂਦਾ ਮੌਕੇ ਤੇ ਆ ਕੇ, ਔਰ ਅਸੀਂ 595 ਕੇਸ ਜਿਹੜੇ 596 ਕੇਸ ਜਿਹੜੇ ਹੱਲ ਕਰਤੇ। ਠੀਕ ਹੈ, ਥੋੜੇ ਜਿਹੇ ਰਹਿ ਗਏ ਜਿਹੜੇ ਮਤਲਬ ਕੋਰਟ ਕਚਹਿਰੀਆਂ ਦੇ ਵਿੱਚ ਚੱਲਦੇ ਆ। ਹੁਣ ਅਸੀਂ ਫਿਰ ਦੁਬਾਰਾ ਉਹੋ ਹੀ ਤਜਰਬਾ ਜਿਹੜਾ ਕੀਤਾ, ਦੁਬਾਰਾ ਅਸੀਂ ਫਿਰ ਮਤਲਬ ਐਸੇ 3 ਫਰਵਰੀ ਤੋਂ ਕਮਿੰਗ ਮੰਥ ਜਿਹੜਾ ਜੀ, ਇਹਦੇ ਵਿੱਚ ਅਸੀਂ 4 NRI ਮਿਲਣੀ ਪੂਰੇ ਪੰਜਾਬ ਦੇ ਵਿੱਚ ਕਰਦੇ, ਔਰ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਖੁਦ NRI ਸਮੱਸਿਆਵਾਂ ਨੂੰ ਸੁਣਨਗੇ ਪਹਿਲੀ ਮਿਲਣੀ ਦੇ ਵਿੱਚ, ਉਸ ਮਿਲਣੀ ਚ ਪਹਿਲੀ ਮਿਲਣੀ ਦੇ ਵਿੱਚ। ਜੀ ਤਲੀਲ ਜੀ, ਤੁਸੀਂ ਕਿਹਾ ਕਿ ਪ੍ਰਵਾਸ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਇਸ ਵਾਰ ਜਿਹੜਾ ਡਾਟਾ ਆਇਆ ਇਸ ਸਾਲ ਦਾ, ਪਿਛਲੇ ਸਾਲ ਦਾ ਖਾਸ ਕਰਕੇ, ਸਭ ਤੋਂ ਜ਼ਿਆਦਾ ਪਾਸਪੋਰਟ ਬਣੇ ਨੇ ਪੰਜਾਬ 'ਚ, ਪੰਜਾਬ ਨੇ ਨੰਬਰ 1 ਪੋਜੀਸ਼ਨ ਹਾਸਲ ਕੀਤੀ ਹੈ ਪਾਸਪੋਰਟ ਬਣਨ 'ਚ, ਤਾਂ ਉਹ ਕਿਆ ਮਾਈਗ੍ਰੇਸ਼ਨ ਦਰਸਾਉਂਦਾ ਹੈ,
ਉਹ ਪੰਜਾਬ ਦੇ ਨਾਲ ਇੱਕ ਇਮੋਸ਼ਨਲ ਕ੍ਰਾਈਸਿਸ ਨੌਜਵਾਨਾਂ ਦਾ ਜਾਂ ਬਜ਼ੁਰਗਾਂ ਦਾ ਦਰਸਾਉਂਦਾ ਹੈ, ਉਸਨੂੰ ਰੋਕਣ ਲਈ ਕਿਸ ਤਰੀਕੇ ਦਾ ਇਨੀਸ਼ੀਏਟਿਵ ਹੈਗਾ? ਨਹੀਂ ਜੀ, ਮੈਂ ਤੁਹਾਨੂੰ ਉਹੀ ਕਹਿਣ ਦਿਆ ਨਾ, ਪਾਸਪੋਰਟ ਬਣੇ ਆ, ਬਹੁਤ ਲੋਕਾਂ ਨੇ ਐਜੂਕੇਸ਼ਨ ਵੀਜ਼ੇ ਅਪਲਾਈ ਕੀਤੇ ਆ, ਕਈ ਕੁਛ ਆ। ਦੇਖੋ ਬੰਦਾ ਬਾਹਰ ਕਦੋਂ ਜਾਂਦਾ? ਬੰਦਾ ਬਾਹਰ ਉਦੋਂ ਹੀ ਜਾਂਦਾ ਜਦੋਂ ਉਹਨੂੰ ਲੱਗਦਾ ਕਿ ਪੰਜਾਬ ਚ ਮੇਰਾ ਭਵਿੱਖ ਜਿਹੜਾ ਉਹ ਸੇਫ ਨਹੀਂ ਹੈ, ਕਿ ਮੈਨੂੰ ਆਉਣ ਵਾਲੇ ਸਮੇਂ ਚ ਕੋਈ ਨੌਕਰੀ ਨਹੀਂ ਮਿਲਣੀ, ਕੁਛ ਨਹੀਂ ਮਿਲਣਾ। ਮਾਨ ਸਾਹਿਬ ਇਸੇ ਦਿਸ਼ਾ ਚ ਕੰਮ ਕਰ ਰਹੇ ਆ ਕਿ ਜਦੋਂ ਆਪਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ, 45,000 ਦੇ ਕਰੀਬ ਨੌਕਰੀ ਜਿਹੜੀ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਦੇਤੀ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਜੀ, ਔਰ ਇੰਡਸਟਰੀ ਜਿਹੜੀ ਆ ਟਾਟਾ ਸਟੀਲ ਅੱਗੇ ਵੱਡੇ ਵੱਡੇ ਜਿਹੜੇ ਯੂਨਿਟ ਆ ਉਹ ਪੰਜਾਬ ਚ ਆ ਰਹੇ ਆ। ਜਦੋਂ ਇੰਡਸਟਰੀ ਆਊਗੀ ਤੇ ਪੰਜਾਬ ਦੇ ਵਿੱਚ ਜਿਹੜਾ ਸਰ ਜਦੋਂ ਰੁਜ਼ਗਾਰ ਪੈਦਾ ਹੋ ਗਿਆ, ਪ੍ਰਵਾਸ ਉਹਨਾਂ ਚਿਰ ਤੱਕ ਨਹੀਂ ਰੁਕੂਗਾ ਜਿੰਨੇ ਚਿਰ ਰੁਜ਼ਗਾਰ ਨਹੀਂ ਅਸੀਂ ਪੈਦਾ ਕਰਦੇ, ਜਿੰਨਾ ਚਿਰ ਤੱਕ ਪੰਜਾਬ ਦੀ ਖੇਤੀਬਾੜੀ ਨੂੰ ਆਪਣੇ ਪੈਰਾਂ ਤੇ ਖੜਾ ਨਹੀਂ ਕਰਦੇ, ਜਿੰਨਾ ਚਿਰ ਤੱਕ ਪੰਜਾਬ ਦੇ ਡੇਅਰੀ ਫਾਰਮਿੰਗ ਨੂੰ ਪੰਜਾਬ ਦੇ ਅੰਦਰ ਜਿਹੜੇ ਖੇਤੀ ਨਾਲ ਜੁੜੇ ਕਿੱਤੇ ਆ ਜਿੰਨਾ ਚਿਰ ਤੱਕ ਉਹਨਾਂ ਨੂੰ ਆਪਾਂ ਖੜੇ ਨਹੀਂ ਕਰਦੇ, ਉਹਨਾਂ ਚਿਰ ਤੱਕ ਮਤਲਬ ਬਾਹਰਲੇ ਦੇਸ਼ਾਂ ਤੋਂ ਜਾਣ ਤੋਂ ਰੋਕਣਾ ਜਿਹੜਾ ਨੌਜਵਾਨਾਂ ਨੂੰ ਮੇਰਾ ਖਿਆਲ ਅਸੰਭਵ ਹੈ। ਔਰ ਅਸੀਂ ਜਿਸ ਦਿਸ਼ਾ ਦੇ ਵਿੱਚ ਕੰਮ ਕਰ ਰਹੇ, ਜਿਸ ਦਿਸ਼ਾ ਸਰਕਾਰ ਜਾ ਰਹੀ ਹੈ, ਲਾਜ਼ਮੀ ਅਗਲੇ ਕੁਛ ਸਾਲਾਂ ਦੇ ਵਿੱਚ ਇਹਦੇ ਰਿਜ਼ਲਟ ਆਉਣੇ ਬਹੁਤ ਚੰਗੇ ਹੋ ਜਾਣਗੇ, ਕਿਉਂਕਿ ਦੇਖੋ 75 ਸਾਲ ਹੋ ਗਏ, ਕਿਸੇ ਨੇ ਕੋਈ ਨੀਤੀ ਨਹੀਂ ਬਣਾਈ, ਕਿਸੇ ਨੇ ਐਨਆਰਆਈਆਂ ਬਾਰੇ ਕੁਛ ਨਹੀਂ ਸੋਚਿਆ, ਮਹਿਕਮਾ ਬਣਿਆ, ਮਹਿਕਮਾ ਬਣਾ ਕੇ ਉਹ ਚਲੇ ਗਏ, ਕੁਛ ਨਹੀਂ ਕੀਤਾ। ਸਾਲ ਚ ਇੱਕ ਐਨਆਰਆਈ ਸੱਦੇ, 200-400 ਐਨਆਰਆਈ ਸੱਦ ਕੇ ਉਹਨਾਂ ਨੂੰ ਚਾਵਾਂ ਚੂਹਾਂ ਪਿਆਈਆਂ ਜੀ, ਠੀਕ ਹੈ ਜੀ, ਚੀਫ ਮਿਨਿਸਟਰ ਦਾ ਫੋਟੋ ਲੱਥ ਗਿਆ, ਮੰਤਰੀਆਂ ਦਾ ਫੋਟੋ ਲੱਥ ਗਿਆ। ਪਰ ਸਰ ਜਿਹੜੀ ਅਗਲੇ ਦੀ ਪ੍ਰੈਕਟੀਕਲ ਪ੍ਰੋਬਲਮ ਹੈ, ਜਿਹੜਾ ਅਗਲਾ ਕਹਿੰਦਾ ਮੇਰੀ ਜ਼ਮੀਨ ਮਾਲੀ ਆ, ਅਗਲਾ ਕਹਿੰਦਾ ਜੀ ਮੇਰੀ ਕੋਠੀ ਮਾਲੀ ਆ, ਛਡਾ ਕੇ ਦੋ, ਤੇ ਜੇ ਆਪਾਂ ਛਡਾਉਣੀ ਨਹੀਂ ਤੇ ਜੇ ਪੰਜਾਬ ਦੇ ਬਹੁਤ ਸਾਰੇ ਲੀਡਰ ਹੀ ਕੋਠੀਆਂ ਮੱਲਣ ਚ ਲੱਗੇ ਹੋਣ, ਘਰ ਮੱਲਣ ਚ ਲੱਗੇ ਹੋਣ। ਸ਼ੁਰੂਆਤ ਵਿੱਚ ਤਾਂ ਹੀ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਗਿਲਾ ਇਹ ਵੀ ਰਹਿੰਦਾ ਕਿ ਇਲੈਕਸ਼ਨ ਈਅਰ ਚ ਫੋਟੋਆਂ ਖਿਚਵਾਉਂਦੇ ਆ, ਨਹੀਂ ਕਿ ਉਸ ਤੋਂ ਪਹਿਲਾਂ ਹੀ ਯਾਦ ਆ। ਅਸੀਂ ਤਾਂ ਵੇਖੋ 2 ਸਾਲ ਦੇ ਲੱਗੇ, ਮੈਂ ਤਾਂ 2 ਸਾਲ ਦਾ ਲੱਗਾ ਜਦੋਂ ਦਾ ਮੈਨੂੰ ਮਹਿਕਮਾ ਮਿਲਿਆ, ਠੀਕ ਹੈ। ਮੈਨੂੰ ਕੋਈ ਐਨਆਰਆਈ ਜੀ ਇਹ ਨਹੀਂ ਕਿ ਐਨਆਰਆਈ ਪੰਜਾਬ ਪੰਜਾਬ ਦੇ ਜੰਪਲ ਨੇ ਜੀ, ਪੰਜਾਬ ਐਨਆਰਆਈਆਂ ਦਾ ਜੀ, ਐਨਆਰਆਈਆਂ ਨੂੰ ਅਧਿਕਾਰ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕਿਹਨੂੰ ਚੁਣਨਾ, ਕਿਹਨੂੰ ਵੋਟ ਪਾਉਣੀ ਆ, ਕਿੱਦਾਂ ਦੀ ਸਰਕਾਰ ਚਾਹੁੰਦੇ ਆ। ਪਰ ਸਾਡਾ ਇਹ ਮੰਤਵ ਨਹੀਂ ਹੈ ਕਿ ਅਸੀਂ ਵੋਟਾਂ ਵੇਲੇ ਉਹਨਾਂ ਨੂੰ ਯਾਦ ਕਰਦੇ ਹਾਂ। ਸਰ ਜੀ ਅਸੀਂ ਤਾਂ 2 ਸਾਲ ਦੇ ਲੱਗੇ, ਅਸੀਂ ਤਾਂ ਰੋਜ਼, ਮੈਂ ਤਾਂ ਕਈ ਵਾਰ ਫੇਸਬੁੱਕ ਦੇ ਉੱਤੇ ਜਾ ਕੇ, ਸੋਸ਼ਲ ਮੀਡੀਆ ਤੇ ਜਾ ਕੇ ਰੋਜ਼ ਹੀ ਲੋਕਾਂ ਸਵੇਰੇ ਲੈ ਕੇ, ਸਰ ਜਿਹੜੀ ਦੇਖੋ ਦਿਖਾਂਤ ਕੀ, ਜੇ ਤੁਸੀਂ ਵੀ ਇਹਦੇ ਨਾਲ ਜਾਓ ਨਾ, ਤੁਹਾਨੂੰ ਪਤਾ ਲੱਗ ਜੂਗਾ ਕਿ ਜਦ ਕਿੱਦਾਂ ਦਾ ਪੰਜਾਬ ਹੋ ਗਿਆ। 25 ਸਾਲ ਦਾ ਮੁੰਡਾ, 24 ਸਾਲ ਦਾ ਮੁੰਡਾ, ਪਿਛਲੇ ਹਫ਼ਤੇ 22 ਸਾਲ ਦੇ ਮੁੰਡੇ ਦੀ ਲਾਸ਼ ਆਈ, 22-22 ਸਾਲ ਦੇ ਮੁੰਡਿਆਂ ਦੀਆਂ ਲਾਸ਼ਾਂ ਬੰਦ ਹੋ ਕੇ ਆ ਰਹੀਆਂ ਪੈਕ ਦੇ ਵਿੱਚ। ਸਾਡੀ ਕੋਈ ਪੁਰਤਗਾਲ ਤੋਂ ਆ ਰਹੀ, ਕੋਈ ਜਰਮਨ ਤੋਂ ਆ ਰਹੀ, ਕੋਈ ਇੰਗਲੈਂਡ ਤੋਂ ਆ ਰਹੀ ਹੈ, ਕੋਈ ਕਿਤੇ ਪੜ੍ਹਨ ਗਿਆ ਜੀ, ਉੱਥੇ ਜਾ ਕੇ ਸੁੱਤਾ ਹੀ, ਉੱਠਿਆ ਹੀ ਨਹੀਂ, ਇਹਨੂੰ ਹਾਰਟ ਅਟੈਕ ਹੋ ਗਿਆ ਜੀ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹਨਾਂ 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 ਮਾਮਲਿਆਂ ਚ ਤੁਸੀਂ ਦਖਲ ਅੰਦਾਜ਼ੀ ਕੀਤੀ ਹੈ ਵੀ ਕਾਰਨ ਕੀ ਹੈ, ਉੱਥੇ ਜਾ ਕੇ ਮੌਤ ਹੋ ਜਾਂਦੀ ਹੈ ਜਾਂ ਇੱਥੋਂ ਟੀਚਾ ਕੁਛ ਹੋਰ ਲੈ ਕੇ ਚੱਲੇ ਸੀ ਉੱਥੇ ਕਾਮਯਾਬ ਨਹੀਂ ਹੋ ਸਕਦੇ? ਦੇਖੋ ਜਿਹੜੀ ਦਖਲਦਾਜ਼ੀ ਹੈ ਨਾ, ਮਤਲਬ ਉਹਨਾਂ ਦੇਸ਼ਾਂ ਚ ਆਪਾਂ ਡਾਇਰੈਕਟ ਦਖਲਦਾਜ਼ੀ ਨਹੀਂ ਕਰ ਸਕਦੇ, ਉਹਨਾਂ ਦੇ ਆਪਣੇ ਕਾਨੂੰਨ ਹੈ, ਆਪਣਾ ਸਿਸਟਮ ਹੈ। ਅਸੀਂ ਤਾਂ ਦਖਲਦਾਜ਼ੀ ਇੰਨੀ ਕਰਦੇ ਹਾਂ ਕਿ ਜਿਹੜੀ ਡੈੱਡ ਬੋਡੀ ਵਗੈਰਾ ਮੰਗਾਉਣੀ ਜਾਂ ਕਰਦਿਆਂ ਕੋ ਵਿਚਾਰਿਆਂ ਕੋ ਮੁੜ ਕੇ ਪੈਸੇ ਨਹੀਂ ਹੁੰਦੇ, ਅਸੀਂ ਤਾਂ ਉਹ ਚ ਹੈਲਪ ਕਰਦੇ ਹਾਂ। ਪਰ ਕੀ ਆ ਕਿ ਜਿੱਦਾਂ ਧੜਾ ਧੜ ਲੋਕ ਚਲੇ ਗਏ, ਕੈਨੇਡਾ ਚ ਚਲੇ ਗਏ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਚਲੇ ਗਏ, ਹੁਣ ਉੱਥੇ ਵੀ ਜਿਹੜੀ ਇਕੋਨਮੀ ਦਾ ਹਾਲ ਜਿਹੜਾ ਬਹੁਤਾ ਚੰਗਾ ਸੀ ਕੈਨੇਡਾ ਦੇ ਵਿੱਚ, ਬਹੁਤ ਲੋਕ ਬੇਰੁਜ਼ਗਾਰ ਸੜਕਾਂ ਤੇ ਫੇਰੇ ਆ, ਬਿਲਕੁਲ ਬੰਦਾ ਇੱਥੋਂ ਜ਼ਮੀਨਾਂ ਵੇਚ ਕੇ ਆਪਣੇ ਮਾਂ ਬਾਪ ਦੇ ਜ਼ਮੀਨ ਵੇਚੀ, 1-2 ਕਿੱਲੇ ਵਿੱਚ ਪੁੱਤ ਨੂੰ 25 ਲੱਖ ਲਾ ਕੇ ਚੜਾਤਾ, ਹੁਣ ਉਹਨੂੰ ਮੁੰਡੇ ਨੂੰ ਮਨ ਦੇ ਉੱਤੇ ਚਿੰਤਾ ਵੀ ਆ ਕਿ ਜਦ ਮੇਰੇ ਬਾਪ ਨੇ ਪੈਸੇ ਲਾਏ ਆ, ਮੈਂ ਕੋਈ ਕੰਮ ਕਰਾਂ, ਕੰਮ ਕੋਈ ਹੈ ਨਹੀਂ, ਜਿਹੜਾ ਇੱਥੋਂ ਦਾ ਪੈਸਾ ਆ, ਬਾਹਰਲੇ ਦੇਸ਼ਾਂ 'ਚ ਕੁਛ ਨਹੀਂ ਬਣਦਾ, 70-80 ਰੁਪਏ ਡਾਲਰ ਹੋਇਆ ਇਸਲੇ, ਮਤਲਬ ਕਿੰਨਾ ਮਹਿੰਗਾ, ਇੱਥੋਂ ਤੁਸੀਂ ਪੈਸੇ ਭੇਜ ਹੀ ਨਹੀਂ ਸਕਦੇ। ਕੱਲ ਮੇਰਾ ਕੋਈ ਦੋਸਤ ਸੀਗਾ ਪਰਸੋਂ, ਉਹ ਮੈਨੂੰ ਕਹਿ ਰਿਹਾ ਸੀ ਕਿ ਮਤਲਬ ਮੈਂ ਆਪਣੀ ਬੇਟੀ ਦੀ ਫੀਸ ਭੇਜਣੀ ਆ,
3 lakh ਰੁਪਈਆ ਫੀਸ ਉਹਦੀ ਦੋ ਮਹੀਨਿਆਂ ਦੀ। ਕਹਿੰਦਾ ਯਾਰ ਮੈਂ ਬੜਾ ਦੁਖੀ ਹੋਇਆ, ਸਾਲ ਹੋ ਗਿਆ ਬੇਟੀ ਨੂੰ ਗਏ ਨੂੰ, ਮੇਰਾ ਸਾਰਾ ਕੁਝ ਵਿਕ ਗਿਆ। ਵੀ ਇੰਨੀ ਫੀਸ ਜਿਹੜੀ ਭੇਜਣੀ ਬਹੁਤ ਔਖੀ ਆ। ਇੱਕ ਤਾਂ ਸਰ ਜਿਹੜਾ ਜਿੱਦਾਂ ਬੈਂਸ ਸਾਹਿਬ ਮੇਰੇ ਤੋਂ ਪਹਿਲਾਂ ਕਹਿ ਕੇ ਗਏ ਤੁਹਾਨੂੰ, ਪੰਜਾਬ ਦੇ ਅੰਦਰ ਜਿਹੜਾ ਐਜੂਕੇਸ਼ਨ ਜੇ ਇਹਨੂੰ ਆਪਾਂ ਬਿਹਤਰ ਕਰ ਦਈਏ, ਪੰਜਾਬ ਦੇ ਅੰਦਰ ਮੈਡੀਕਲ ਐਜੂਕੇਸ਼ਨ ਜੇ ਟੋਪ ਦੀ ਕਰ ਦਈਏ ਆਪਾਂ, ਤੇ ਜਿਹੜੇ ਸਾਡੇ ਬੱਚੇ ਇਹ ਸੋਚ ਕੇ ਬਾਹਰ ਜਾਂਦੇ ਆ ਕਿ ਜਦ ਕੈਨੇਡਾ ਚ ਪੜ੍ਹਾਈ ਬਹੁਤ ਵਧੀਆ, ਨਿਊਜ਼ੀਲੈਂਡ ਦਾ ਫਲਾਣਾ ਕਾਲਜ ਬਹੁਤ ਵਧੀਆ, ਆਸਟ੍ਰੇਲੀਆ ਦਾ ਫਲਾਣੀ ਯੂਨੀਵਰਸਿਟੀ ਬਹੁਤ ਵਧੀਆ, ਜੇ ਪੰਜਾਬ ਗੌਰਮੈਂਟ ਟੋਪ ਦੇ ਇੱਥੇ ਕਾਲਜ ਸਕੂਲ ਯੂਨੀਵਰਸਿਟੀਆਂ ਬਣਾ ਦਿੰਦੀ ਹੈ, ਇਹ ਜਿਹੜਾ ਐਜੂਕੇਸ਼ਨ ਦੇ ਨਾਂ ਦੇ ਉੱਤੇ ਇਸ ਵੇਲੇ ਲੁੱਟ ਹੋ ਰਹੀ ਹੈ। ਬਾਹਰਲੇ ਦੇਸ਼ ਜਿਹੜੇ ਦੋਈ ਦੋਈ ਹੱਥੀ ਲੁੱਟ ਰਹੇ ਆਪਾਂ ਨੂੰ, ਇੱਕ ਦੇ ਲੁੱਟ ਬੰਦ ਹੋਊਗੀ ਜੀ। ਉਮੀਦ ਹੈ ਕਿ ਉਸ ਪਾਸੇ ਕੰਮ ਹੋਏਗਾ। ਇੱਕ ਅਮਨ ਨੇ ਜ਼ਿਕਰ ਕੀਤਾ, ਮੈਂ ਉਸੇ ਕਰਕੇ ਉਹਦੇ ਨਾਲ ਜੁੜਿਆ ਸਵਾਲ ਪੁੱਛ ਰਿਹਾ। ਦੇਖੋ ਬਹੁਤ ਅਨਫੋਰਚੁਨੇਟ ਹੈ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਹੈ, ਤੁਸੀਂ ਵੀ ਜ਼ਿਕਰ ਕੀਤਾ ਕਿ 22 ਸਾਲ ਦੇ ਮੁੰਡੇ ਦੀ ਡੈਥ ਹੋ ਗਈ, ਇਹ ਹੋ ਗਿਆ, ਰੱਬ ਨਾ ਕਰੇ ਅਜਿਹਾ ਹੋਵੇ, ਪਰ ਇਹ ਉਹ ਦੌਰ ਵੀ ਲੱਗ ਰਿਹਾ ਕਿ ਜਦੋਂ ਕੋਈ ਪੱਕੀ ਪਾਲਿਸੀ ਜਾਂ ਕੋਈ ਐਸਾ ਸਟ੍ਰੈਟਜੀ ਸਰਕਾਰਾਂ ਦੇ ਕੋਲ ਹੋਵੇ, ਉਹ ਚਾਹੇ ਸਟੇਟ ਗਵਰਨਮੈਂਟ ਹੈ ਜਾਂ ਸੈਂਟਰ ਦੀ ਗਵਰਨਮੈਂਟ ਹੈ, ਕਿ ਜੇ ਕਿਸੇ ਦੀ ਮੌਤ ਹੋ ਗਈ ਤਾਂ ਉਹਨਾਂ ਦੀ ਬਾਡੀ ਕਿਵੇਂ ਆਸਾਨ ਤਰੀਕੇ ਨਾਲ ਲਿਆਂਦੀ ਜਾ ਸਕੇ। ਪਰਿਵਾਰਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਪੈਸੇ ਭੇਜਣੇ ਪੈਂਦੇ ਆ, ਤਾਂ ਫਿਰ ਪਰਿਵਾਰ ਕਹਿੰਦੇ ਕਿ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਜੀ, ਅਸੀਂ ਕਿਵੇਂ ਆਪਣੇ ਪੁੱਤ ਨੂੰ ਜਾਂ ਆਪਣੇ ਘਰ ਦੇ ਜੀ ਨੂੰ ਇੱਕ ਆਖਰੀ ਵਾਰ ਦੇਖਣਾ ਚਾਹੁੰਦੇ ਆ, ਕਿ ਉਹਦੇ ਲਈ ਤੁਹਾਨੂੰ ਲੱਗਦਾ ਕਿ ਕੋਈ ਜ਼ਰੂਰਤ ਹੈ। ਦੂਜਾ ਪੁਆਇੰਟ ਉਹ ਇਹ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਕਤਲ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਖਾਸ ਤੌਰ ਤੇ ਮਨੀਲਾ ਤੋਂ, ਕਿ ਉੱਥੇ ਕੋਈ ਫਾਈਨਾਂਸ ਦਾ ਕੰਮ ਕਰਦਾ ਸੀ, ਰਾਹ ਦੇ ਵਿੱਚ ਰੋਕਿਆ, ਲੁੱਟ ਲਿਆ, ਕਤਲ ਕਰ ਦਿੱਤਾ। ਔਰ ਰੈਗੂਲਰ ਇਸ ਤਰੀਕੇ ਦੀਆਂ ਮੈਂ ਰੋਜ਼ ਦੇਖਦਾ, ਆਪਣੀ ਟੀਮ ਦੇ ਨਾਲ ਡਿਸਕਸ ਕਰਦਾ, ਇੱਕ ਦੋ ਖਬਰਾਂ ਇਸ ਤਰੀਕੇ ਨਾਲ ਹੁੰਦੀਆਂ। ਹੁਣ ਉੱਥੇ ਲੜਿਆ ਕਿਵੇਂ ਜਾਵੇ ਕੇਸ, ਉਸ ਨੂੰ ਲੈ ਕੇ ਵੀ ਲੱਗਦਾ ਕਿ NRI ਡਿਪਾਰਟਮੈਂਟ ਕੁਝ ਕਰ ਰਿਹਾ ਜਾਂ ਉਹਨਾਂ ਨੂੰ ਕਰਨ ਦੀ ਲੋੜ ਹੈ, ਕਿ ਹੁਣ ਉੱਥੇ ਜਾ ਕੇ ਵਕੀਲ ਹਾਇਰ ਕਰਨਾ, ਉੱਥੇ ਜਾ ਕੇ ਅਦਾਲਤਾਂ ਦੇ ਵਿੱਚ ਗੇੜੇ ਮਾਰਨੇ, ਉਹਨਾਂ ਦੇ ਮਾਪੇ ਜਿਹੜੇ ਇੱਥੇ ਬੈਠੇ ਆ ਉਹਨਾਂ ਦੇ ਲਈ ਬਹੁਤ ਮੁਸ਼ਕਿਲ ਹੈ। ਨਹੀਂ ਨਹੀਂ ਉਹਨਾਂ ਦੀ ਦੇਖੋ ਉਹਨਾਂ ਲਈ ਮੁਸ਼ਕਿਲ ਵੀ ਹੈ, ਪਰ ਪ੍ਰੋਬਲਮ ਕੀ ਹੈ, ਦੋ ਤਰ੍ਹਾਂ ਦੇ ਕੇਸ ਹੈ ਬਾਹਰਲੇ ਕਤਲਾਂ ਦੇ ਜਿਹੜੇ ਤੁਸੀਂ ਕਹਿ ਰਹੇ ਜੀ। ਇੱਕ ਤੇ ਕਤਲ ਉਹ ਨੇ ਜਿਹੜੇ ਬੰਦਾ ਕੋਈ ਸਟੋਰ ਤੇ ਕੰਮ ਕਰ ਰਿਹਾ, ਕਿਸੇ ਨੇ ਆ ਕੇ ਕਾਲੇ ਨੇ ਗੋਰੇ ਨੇ ਗੋਲੀ ਮਾਰਤੀ, ਜਿੱਦਾਂ ਤੁਸੀਂ ਮਨੀਲਾ ਦੀ ਗੱਲ ਕਰ ਰਹੇ ਹੋ, ਉੱਥੇ ਆਪਣੇ ਲੋਕ ਜਿਹੜੇ ਆ, ਜਿਹੜੇ ਆਪਣੇ ਪੰਜਾਬੀ ਨੇ, ਜਿਹੜੇ ਭਾਰਤੀ ਨੇ ਉੱਥੇ, ਉਹ ਮੋਸਟਲੀ ਜਿਹੜਾ ਵਿਆਜ ਦਾ ਕੰਮ ਕਰਦੇ ਉੱਥੇ, ਉਹਨਾਂ ਦਾ ਵਿਆਜ ਦਾ ਕੰਮ ਹੈ, ਉਹਨਾਂ ਦੀ ਆਪਣੀਆਂ ਧੜੇਬੰਦੀਆਂ, ਬਿਲਕੁਲ ਉਹਨਾਂ ਦਾ ਆਪੋ ਵਿੱਚ ਉੱਥੇ ਮਤਲਬ ਜਿਹੜਾ ਨਾ ਉਹ ਉਹਨਾਂ ਦਾ ਮਤਲਬ ਝਗੜਾ ਜਿਹੜਾ, ਬਿਲਕੁਲ ਪੰਜਾਬੀਆਂ ਤੇ ਇਲਜ਼ਾਮ ਲੱਗੇ ਆ ਕਿ ਬਹੁਤ ਜ਼ਿਆਦਾ ਉਹਨਾਂ ਦੇ ਤੇ ਇਲਜ਼ਾਮ, ਸਾਡੇ ਕੋਲ ਬਹੁਤ ਸਾਰੇ ਕੇਸ ਆਉਂਦੇ ਆ। ਪਰ ਦੇਖੋ ਤੁਸੀਂ ਕੁਝ ਕੇਸਾਂ ਦੇ ਵਿੱਚ ਮਤਲਬ ਇਹ ਇੱਕ ਲਿਮਿਟ ਆ ਸਾਡੀ ਸਰਕਾਰ ਦੀ ਵੀ, ਸਾਡੀ ਇਹ ਨਹੀਂ, ਮੈਂ ਤਾਂ ਵੇਖੋ ਜਿੰਨੇ ਕੇਸਾਂ ਨੂੰ ਮੈਂ ਡੀਲ ਕਰਦਾ, ਮਤਲਬ ਇੰਡੀਆ ਦੀ ਹੋਮ ਮਿਨਿਸਟਰੀ, ਇੰਡੀਆ ਦਾ ਵਿਦੇਸ਼ ਮੰਤਰਾਲਾ ਬਹੁਤ ਸਹਿਯੋਗ ਕਰਦਾ ਜੀ, ਬਾਹਰ ਬੈਠੀਆਂ ਬਾਹਰ ਜਿਹੜੀਆਂ ਸਾਡੀਆਂ ਏਜੰਸੀਜ਼ ਨੇ, ਸਾਡੇ ਕੋਲ ਢੰਗ ਇਹੀ ਹੁੰਦਾ ਕਿ ਅਸੀਂ ਇੱਥੋਂ ਹੋਮ ਮਿਨਿਸਟਰੀ ਨੂੰ ਤੇ ਬਾਅਦ ਫਿਰ ਜਿਹੜੀਆਂ ਸਾਡੀਆਂ ਅੰਬੈਸੀਆਂ ਉਹਨਾਂ ਨਾਲ ਸੰਪਰਕ ਕਰਦੇ ਹਾਂ ਕਿ ਆਹ ਚੀਜ਼ ਹੋ ਗਈ ਇਹਦੀ, ਉਹਨੂੰ ਕਰਕੇ ਦਿਓ। ਅਸੀਂ ਕਰਦੇ ਹਾਂ, ਉਹਦੀ ਕਰਦੇ ਹਾਂ, ਸਰਕਾਰ ਵਧੀਆ ਕਰਦੀ ਬਾਅਦ ਕਾਫੀ ਹੈਲਪ ਕਰਦੀ ਆ, ਪਰ ਕੁਝ ਚੀਜ਼ਾਂ ਇੱਦਾਂ ਦੀਆਂ ਜਿੱਥੇ ਆਪਾਂ ਹੈਲਪਲੈਸ ਹੋ ਜਾਂਦੇ, ਮਤਲਬ ਉੱਥੇ ਹੈਲਪ ਕੀਤੀ ਨਹੀਂ ਜਾ ਸਕਦੀ। ਜਿੱਦਾਂ ਮਨੀਲਾ ਚ ਬੰਦਾ ਆਪਣੇ ਬੰਦਿਆਂ ਨੇ ਬੰਦਾ ਮਾਰਤਾ, ਕਤਲ ਦਾ ਬੱਚਾ ਹੋ ਗਿਆ, ਫੈਮਲੀਆਂ ਦੇ ਫੈਮਲੀਆਂ ਰਹਿੰਦੀਆਂ ਉੱਥੇ, ਸਮਝੇ ਕਿ ਗੱਲ, ਪੁਰਾਣੇ ਜਿਹੜੇ ਮੋਗਾ ਜਗਦਾਵਾਂ ਵਾਲੇ ਲੋਕ ਆ ਉੱਥੇ ਬਹੁਤ ਨੇ, ਉਹਨਾਂ ਵਾਸਤੇ ਸਾਡੇ ਕੋਲ ਮਤਲਬ ਕੋਈ ਰਸਤਾ ਨਹੀਂ ਬਚਦਾ ਕਿ ਅਸੀਂ ਇਹਨਾਂ ਦੀ ਕਿੱਦਾਂ ਹੈਲਪ ਕਰੀਏ, ਕਿਉਂਕਿ ਪੁਰਾਣੇ ਜਾ ਕੇ ਉੱਥੇ ਸਿਟੀਜ਼ਨ ਵੀ ਹੋ ਗਏ, ਉੱਥੋਂ ਦੇ ਨਾਗਰਿਕ ਹੋ ਗਏ, ਉਹ ਸਿੱਧਾ ਅਸੀਂ ਉੱਥੇ ਦਖਲਦਾਰੀ ਨਹੀਂ ਕਰ ਸਕਦੀ ਸਾਡੀ ਗੌਰਮੈਂਟ, ਅਸੀਂ ਚਾਹੇ ਸਾਡੀ ਗੌਰਮੈਂਟ ਆ ਕੋਈ ਵੀ ਆ, ਸੈਂਟਰ ਗੌਰਮੈਂਟ ਆ, ਕੋਈ ਸਿੱਧੇ ਦਖਲਦਾਰੀ ਨਹੀਂ ਕਰ ਸਕਦੇ। ਪਰ ਜਿੱਥੇ ਅਸੀਂ ਕਰ ਸਕਦੇ ਹਾਂ, ਜਿੱਦਾਂ ਕੋਈ ਸਟੂਡੈਂਟਾਂ ਦੇ ਇਸ਼ੂ ਆ, ਉਹਨਾਂ ਦੇ ਅਸੀਂ ਜਦੋਂ ਕਰਦੇ ਹਾਂ ਤੇ ਸਾਨੂੰ ਰਿਸਪੌਂਸ ਵੀ ਬਾਹਰਲੇ ਦੇਸ਼ਾਂ ਚ ਬਹੁਤ ਵਧੀਆ ਹੁੰਦਾ। ਜਿੱਦਾਂ ਕੈਨੇਡਾ ਦੇ ਵਿੱਚ ਸਟੂਡੈਂਟਾਂ ਦਾ ਇਸ਼ੂ ਆਇਆ ਸੀਗਾ, ਤੇ ਉੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਢੰਗ ਦੇ ਨਾਲ, ਮੈਂ 10-15 ਦਿਨ ਅਸੀਂ ਲੱਗੇ ਰਹੇ ਲਗਾਤਾਰ ਜਿਹੜੇ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਨਾਲ, ਉੱਥੋਂ ਦੇ ਜਿਹੜੇ ਸਾਡੇ ਇਮੀਗ੍ਰੇਸ਼ਨ ਦੇ ਮਿਨਿਸਟਰ ਸੀਗੇ, ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ। ਸਮਝਦੇ ਕਿ ਗੱਲ, ਇੱਕ ਚੀਜ਼ਾਂ ਪਰ ਜਿਹੜਾ ਕ੍ਰਾਈਮ ਆ, ਉਹਨਾਂ ਦੇਸ਼ਾਂ ਦੇ ਆਪਣੇ ਇੱਕ ਕਾਨੂੰਨ ਆ ਕ੍ਰਾਈਮ ਦੇ ਇਸ਼ੂ ਦੇ ਉੱਤੇ, ਉਹ ਬਹੁਤੀ ਚੀਜ਼ ਜਿਹੜੀ ਨਾ ਟਾਇਲਟ ਨਹੀਂ ਕਰਦੇ ਵੀ ਯਾਰ ਕ੍ਰਾਈਮ
ਸਾਡੇ ਦੇਸ਼ ਚ ਆ ਕੇ ਕਿੱਦਾਂ ਬੰਦਾ ਮਰ ਗਿਆ, ਸਾਡੇ ਦੇਸ਼ ਚ ਆ ਕੇ ਕਿੱਦਾਂ ਫਾਇਰਿੰਗ ਹੋ ਗਈ, ਉਹਦੇ ਚ ਫਿਰ ਤੁਸੀਂ ਹੈਲਪਲੈਸ ਹੋ ਜਾਂਦੇ ਹੋ। ਦੇਖਦੇ ਉਹਦੇ ਚ ਤੇ ਇਹੀ ਹੈ ਕਿ ਪੰਜਾਬੀਆਂ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਤੁਸੀਂ ਜਦ ਇੱਦਾਂ ਦੇ ਕੰਮ ਨਾ ਕਰੋ। ਕੈਨੇਡਾ ਚ ਬਹੁਤ ਵੈਨਕੂਵਰ ਏਰੀਆ ਚ ਬੜੀਆਂ ਆ ਰਹੀਆਂ, ਤੁਹਾਡੇ ਕੋਲ ਆਉਂਦੀਆਂ ਹੋਣਗੀਆਂ, ਸਾਡੇ ਕੋਲ ਬਹੁਤ ਕੰਪਲੇਂਟ ਰੋਜ਼ ਹੀ ਆਉਂਦੀਆਂ, ਬਹੁਤ ਰੋਜ਼ ਸ਼ਿਕਾਇਤਾਂ ਆਉਂਦੀਆਂ, ਤੇ ਮੋਸਟਲੀ ਆਪਣੇ ਬੰਦਿਆਂ ਦਾ ਆਪੋ ਚੀਜ਼ ਝਗੜਾ ਜਿਹੜਾ ਹੁੰਦਾ। ਠੀਕ ਹੈ, ਮੈਂ ਇੱਕ ਹੋਰ ਚੀਜ਼, ਤੁਸੀਂ NRI ਮਿਲਣੀ ਦਾ ਜ਼ਿਕਰ ਕੀਤਾ, ਮੈਂ ਉਸ ਦੇ ਨਾਲ ਹੀ ਜੁੜਿਆ। ਕੁਝ ਦਿਨ ਪਹਿਲਾਂ ਮੇਰੇ ਕੋਲ ਇੱਕ NRI ਪਹੁੰਚੇ, ਕਿਸੇ ਤਰੀਕੇ ਮੇਰੇ ਦਫ਼ਤਰ ਪਹੁੰਚ ਗਏ ਉਹ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੇਰਾ ਕੋਈ ਕੰਮ ਹੈ ਜਿਹੜਾ ਉਹ ਨਹੀਂ ਹੋ ਪਾ ਰਿਹਾ। ਮੋਸਟ ਆਫ ਦਾ ਜਿਹੜੇ NRIs ਦੇ ਕੇਸਿਸ ਹੁੰਦੇ ਆ ਉਹ ਪਲਾਟ ਦੇ ਨਾਲ, ਜ਼ਮੀਨਾਂ ਦੇ ਨਾਲ ਜੁੜੇ ਹੁੰਦੇ ਆ। ਉਹਨਾਂ ਦਾ ਇੱਥੇ ਮੋਹਾਲੀ ਦੇ ਵਿੱਚ ਕੇਸ ਸੀ, ਚਲੋ ਠੀਕ ਹੈ, ਉਹ ਇੱਕ ਜਿਹੜਾ ਉਹਨਾਂ ਦੀ ਪ੍ਰੋਬਲਮ ਸੀ ਉਹ ਸੋਰਟ ਆਊਟ ਹੋਣੀ ਚਾਹੀਦੀ ਹੈ। ਪਰ ਉਹਨਾਂ ਨੇ ਇੱਕ ਹੋਰ ਬਹੁਤ ਅਹਿਮ ਗੱਲ ਕਹੀ, ਕਹਿੰਦੇ ਮੇਰਾ ਇੰਗਲੈਂਡ ਤੋਂ ਤੀਜਾ ਗੇੜਾ ਲੱਗ ਰਿਹਾ ਕਿ ਮੈਂ ਉੱਥੋਂ ਟਿਕਟ ਖਰਚ ਕਰਕੇ 50-60 ਹਜ਼ਾਰ ਦੀ ਜਾਂ 1 ਲੱਖ ਰੁਪਏ ਦੀ ਟਿਕਟ ਲਗਾ ਕੇ ਆਇਆ, ਤੀਜੀ ਵਾਰ ਵੀ ਮੇਰਾ ਕੰਮ ਨਹੀਂ ਹੋ ਰਿਹਾ, ਉਸ ਤੋਂ ਬਾਅਦ ਮੈਨੂੰ ਵਾਪਸ ਜਾਣਾ ਪਿਆ। ਮਤਲਬ ਮੈਂ ਇਹ ਸਮਝਣਾ ਚਾਹ ਰਿਹਾ ਕਿ NRIs ਦਾ ਕੰਮ ਉੱਥੇ ਬੈਠੇ ਹੋ ਜਾਵੇ ਕਿ ਠੀਕ ਹੈ, ਮਿਸਕਮਿਊਨੀਕੇਸ਼ਨ ਜਿਹੜਾ ਇਹ ਹੈ, ਤੁਸੀਂ ਰਜਿਸਟਰੀਆਂ ਕਰਵਾਉਣੀਆਂ ਜਾਂ ਕੋਈ ਹੋਰ ਹੈ, ਇੱਕ ਵਾਰੀ ਇੱਥੇ ਆਓ, ਉਹ ਸੌਟ ਆਊਟ ਹੋ ਜਾਏ। ਬਾਕੀ ਤੁਹਾਡਾ ਫੋਨ ਤੇ ਕੋਈ ਇਸ ਤਰੀਕੇ ਨਾਲ ਤੁਹਾਡੀ ਹੈਲਪਲਾਈਨ ਨੰਬਰ ਹੋਵੇ ਕਿ ਉਹਨਾਂ ਨੂੰ ਸਹੂਲਤ ਮਿਲੇ। ਤੁਸੀਂ ਸਮਝ ਸਕਦੇ ਹੋ ਕਿ ਕੋਈ ਇੰਗਲੈਂਡ ਤੋਂ, ਅਮਰੀਕਾ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਇੰਡੀਆ ਕੋਈ ਆਪਣੀ ਜ਼ਮੀਨ ਦੇ ਵਿਵਾਦ ਨੂੰ ਪੇਸ਼ੀ ਭੁਗਤਣ ਜਾਂ ਕੁਝ ਕਰਨ ਦੇ ਲਈ ਆ ਰਿਹਾ ਤਾਂ ਬਹੁਤ ਔਖਾ ਹੈ ਉਸ ਦੇ ਲਈ। ਅਸੀਂ 31 ਦਸੰਬਰ ਨੂੰ ਸੀਐਮ ਸਾਹਿਬ ਨੇ ਸਾਡੀ ਮੀਟਿੰਗ ਕੀਤੀ NRI ਡਿਪਾਰਟਮੈਂਟ ਦੀ ਜੀ, ਉਸ ਦਿਨ ਅਸੀਂ ਵੈਬਸਾਈਟ ਵੀ ਜਾਰੀ ਕੀਤੀ, ਅਸੀਂ ਵਟਸਐਪ ਨੰਬਰ ਵੀ, ਈਮੇਲ ਵੀ ਕੀਤਾ। ਉਹ ਸੀਐਮ ਸਾਹਿਬ ਨੇ ਉਦੋਂ ਇੱਕ ਬੜਾ ਮਤਲਬ ਡਿਸੀਜਨ, ਟੌਪ ਦਾ ਡਿਸੀਜਨ ਕੀਤਾ ਕਿ ਮੰਨ ਲਓ ਕਿ ਅੱਜ 15 ਜਨਵਰੀ ਆ ਤੇ ਬੰਦਾ ਆ ਗਿਆ ਕੈਨੇਡਾ ਤੋਂ ਆਪਣਾ ਕੇਸ ਹੱਲ ਕਰਾਉਣ ਆ ਰਿਹਾ, ਤਾਂ ਉਹਦੀ ਵਾਪਸੀ ਜਿਹੜੀ ਆ 15 ਮਾਰਚ ਆ, ਬੰਦਾ 2 ਮਹੀਨੇ ਦੀ ਟਾਈਮ ਕੱਢ ਕੇ ਆ ਗਿਆ। ਠੀਕ ਹੈ, ਤੇ ਸੀਐਮ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਕਿ ਤੁਸੀਂ ਟਿਕਟ ਦੇਖੋ ਅਗਲੇ ਦੀ ਵੀ ਟਿਕਟ ਕਿੰਨੇ ਚਿਰ ਦੀ ਆ, ਉਨੇ ਚਿਰ ਦੇ ਵਿੱਚ ਵਿੱਚ ਉਹਦਾ ਕੇਸ ਜਿਹੜਾ ਹੱਲ ਕਰਕੇ ਦਿਓ। ਉਹਦਾ ਇੱਕੋ ਮਸਲਾ ਵੀ ਕੇਸ ਕਿਤੇ ਹਾਈਕੋਰਟ ਵਗੈਰਾ ਦਾ ਹੋਵੇ, ਸਮਝੇ ਕਿ ਦੀ ਗੱਲ। ਅੱਜ ਸਵੇਰੇ ਇੱਕ ਲੇਡੀ ਆਈ ਇੰਗਲੈਂਡ ਤੋਂ, ਆਈ ਸਵੇਰੇ, ਮੈਂ ਤੋਰ ਕੇ ਆਇਆ ਉਹਨੂੰ, ਮੈਂ SSP ਮੋਹਾਲੀ ਦੀ ਡਿਊਟੀ ਲਾ ਕੇ ਆਇਆ। ਜੀਰਕਪੁਰ ਦੇ ਵਿੱਚ ਉਹਦਾ ਪਲਾਟ ਸੀਗਾ 150 ਗਜ਼ ਦਾ, ਉਹ ਪਲਾਟ ਲੈ ਕੇ ਉਹ 10 ਸਾਲ ਚੱਲ ਗਈ ਬਾਹਰ, 10 ਸਾਲਾਂ ਬਾਅਦ ਆਈ ਤੇ ਜਿਹਨੇ ਲਾਗੇ ਪਲਾਟ ਲਿਆ ਸੀ ਉਹਨੇ ਪਿਓ ਦੇ ਪੁੱਤ ਨੇ ਉਹਦਾ ਅੱਧਾ ਪਲਾਟ ਵਿੱਚੇ ਬੰਨ ਲਿਆ, ਸਮਝਦੇ ਕਿ ਗੱਲ। ਉਹ ਲਾਗਤ ਆ ਵੀ ਪਤਾ ਨੀ ਕੌਣ ਆ, ਬੈਠੀ ਕਿਤੇ ਪਟਵਾਰੀ ਦੇ ਦੱਸਦਾ ਨਾ ਵੀ ਬੀਬੀ ਕੋਈ ਬਾਹਰ ਬੈਠੀ ਆ, ਹੋਰ ਵਿਚਾਰੀ ਅੱਜ ਆ ਗਈ ਦੋਵੇਂ ਜੀ, ਕਦੇ ਕੋਈ ਮੇਰਾ ਪਲਾਟ ਵੱਲ ਲਿਆ। ਹੁਣ ਮੈਂ SSP ਬਹਾਲੀ ਦੀ ਡਿਊਟੀ ਲਾਈ, ਨਾਲ SDM ਸਾਹਿਬ ਦੀ ਡਿਊਟੀ ਲਾਈ ਆ, ਸਮਝਦੇ ਕਿ ਗੱਲ। ਕਈ ਇਹਦਾ ਮਤਲਬ ਕਈ ਕੇਸ ਜਿਹੜੇ ਕੋਰਟਾਂ ਚੱਲ ਜਾਂਦੇ ਆ, ਪਰ ਅਸੀਂ ਤੈਅ ਕਰਤਾ ਹੁਣ ਕਿ ਮਤਲਬ ਜਿੰਨੇ ਚਿਰ ਚ ਬੰਦਾ ਟਿਕਟ ਲੈ ਕੇ ਆਇਆ ਆਪਣੀ, ਉਹਦੇ ਵਿੱਚ ਵਿੱਚ ਜਿਹੜਾ ਪੰਜਾਬ ਸਰਕਾਰ ਜਿਹੜੀ ਆ ਉਹਦਾ ਮਸਲਾ ਹੱਲ ਕਰਕੇ ਦਊਗੀ ਭਾਵੇਂ ਜੋ ਬਚੋ। ਇੱਕ ਤਾਲੀਵਾਲ ਜੀ, ਤੁਸੀਂ ਸਟੂਡੈਂਟਸ ਦੀ ਗੱਲ ਕੀਤੀ, ਅੱਜ ਵੀ ਏਜੰਟਸ ਦੇ ਉੱਤੇ ਜਿਹੜੇ ਬਾਹਰ ਭੇਜਦੇ ਨੇ, ਏਜੰਟ ਸੈਂਟਰ ਬਣਾਏ ਹੋਏ ਨੇ, 2 FIR ਹੋਈਆਂ ਹੈ, ਤਾਂ ਕਿਆ ਜਿਹੜਾ ਫਰੈਂਸ ਵਾਲਾ ਇਸ਼ੂ ਹੋਇਆ ਖਾਸ ਕਰਕੇ ਉਸ ਮਾਮਲੇ ਦੇ ਅੰਦਰ, ਤਾਂ ਕਿਆ ਇਹ ਪਹਿਲਾਂ ਚੈੱਕ ਨਹੀਂ ਕੀਤਾ ਜਾ ਸਕਦਾ ਕਿ ਕੋਈ ਡੋਂਕੀ ਲਗਾ ਕੇ ਨਾ ਭੇਜ ਰਿਹਾ ਹੋਵੇ, ਕੋਈ ਇਸ ਤਰੀਕੇ ਦੇ ਨਾਲ ਨਾ ਭੇਜ ਰਿਹਾ ਹੋਵੇ, ਖਾਸ ਕਰਕੇ ਇਹਨਾਂ ਵਿਦੇਸ਼ ਭੇਜਣ ਦੇ ਮਾਮਲਿਆਂ 'ਚ, ਕਿਉਂਕਿ ਬਾਹਰ ਉੱਥੇ ਗਏ ਫਿਰ ਉੱਥੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ, ਉਹਨਾਂ ਦਾ ਪੈਸਾ ਖਰਾਬ ਗਿਆ, ਟਾਈਮ ਖਰਾਬ ਗਿਆ, ਇੱਥੇ ਆ ਕੇ ਫਿਰ ਉਹ ਫਿਰ ਬੇਅਰ ਕਰਨਾ ਔਖਾ ਹੋ ਜਾਂਦਾ। ਸਰ ਪਤਾ ਕੀ ਹੈ, ਜਿਹੜਾ ਜਿੱਦਾਂ ਕਹਿੰਦੇ ਨਾ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਡਰੱਗ ਮਾਫੀਆ, ਸਾਰੇ ਇਮੀਗ੍ਰੇਸ਼ਨ ਦਾ ਵੀ ਬਹੁਤ ਵੱਡਾ ਮਾਫੀਆ ਪੰਜਾਬ ਦੇ ਵਿੱਚ, ਜਿਹੜਾ ਇਹ ਪ੍ਰਦੇਸ਼ਾਂ 'ਚ ਖੜਨ ਦੀ ਇੱਕ ਧੰਦਾ ਕਰਦਾ, ਔਰ ਮੋਸਟਲੀ ਉਹਦੇ 'ਚ ਉਹ ਲੋਕ ਨੇ ਜਿਹੜੇ ਮਤਲਬ ਮੈਂ ਜੇ ਕੈਲਕੂਲੇਟ ਜਿੰਨਾ ਮੈਂ ਕੀਤਾ ਪੰਜਾਬ ਦਾ, ਮੈਨੂੰ ਐਂ ਲੱਗਦਾ ਹੁੰਦਾ ਕਿ 75% ਪੰਜਾਬ ਦੇ ਅੰਦਰ ਜਿਹੜੀਆਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਬੰਦੇ ਆ, ਜਿਹੜੇ ਟਰੈਵਲ ਏਜੰਟ ਹੈ, ਇਹ ਸਾਰਾ ਲੋਕਾਂ ਨੂੰ ਝੂਠ ਬੋਲਦੇ, ਝੂਠ ਬੋਲ ਕੇ ਲੋਕਾਂ ਕੋਲ ਪੈਸੇ ਲੈ ਕੇ ਕਿਸੇ ਨੂੰ ਕਿਤੇ ਭੇਜ ਦਿੰਦੇ, ਕਿਸੇ ਨੂੰ ਕਿਤੇ ਭੇਜ ਦਿੰਦੇ ਆ। ਬਟ ਇੱਕ ਗੱਲ ਜ਼ਰੂਰ ਹੈ, ਮੈਂ ਪਹਿਲਾਂ ਵੀ ਕਹਿੰਦਾ, ਅੱਜ ਵੀ ਤੁਹਾਡੇ ਸਾਹਮਣੇ ਕਹੂੰਗਾ ਕਿ ਅੱਜ ਦਾ ਯੁੱਗ ਜਿਹੜਾ
ਅੱਜ ਦਾ ਸੰਸਾਰ ਜਿਹੜਾ ਜਿਹੜਾ ਤੁਹਾਡੇ ਹੱਥ ਚ ਫੋਨ ਆ, ਟੈਲੀਫੋਨ ਦੇ ਵਿੱਚ ਬੰਦ ਹੈ। ਤੁਹਾਨੂੰ ਟਰੈਵਲ ਏਜੰਟ ਕਹਿ ਰਿਹਾ ਕਿ ਮੈਂ ਤੈਨੂੰ ਆਸਟ੍ਰੇਲੀਆ ਦੀ ਮੈਲਬੋਰਨ ਯੂਨੀਵਰਸਿਟੀ ਦੇ ਵਿੱਚ ਭੇਜ ਦਊਗਾ। ਤੁਸੀਂ ਖੁਦ ਵੀ ਜਾ ਕੇ ਉਹਦੇ ਤੇ ਮਤਲਬ ਉਹਨੂੰ ਚੈੱਕ ਕਰ ਸਕਦੇ ਹੋ ਕਿ ਵਾਕਈ ਕੁਝ ਹੈ ਵੀ ਹੈ ਕਿ ਨਹੀਂ ਹੈ। ਸਮਝਦੇ ਕਿ ਨਹੀਂ, ਆਪਾਂ ਚੈੱਕ ਕਰਨ ਦੀ ਬਜਾਏ ਸਾਡੇ ਕੋਲ ਇੱਕ ਮੌਕਾ ਆ, ਆਪਾਂ ਉਹਨੂੰ ਸਮਝਣ ਦੀ ਬਜਾਏ, ਅੰਡਰਸਟੈਂਡ ਕਰਨ ਦੀ ਬਜਾਏ ਆਪਾਂ ਮਤਲਬ ਟਰੈਵਲ ਏਜੰਟ ਦੀ ਗੱਲ ਚ ਆ ਜਾਂਦੇ ਹਾਂ। ਉਹਦੇ ਨਾਲੋਂ ਵੀ ਇੱਕ ਹੋਰ ਗਾੜੀ ਖਤਰਨਾਕ ਕੰਮ ਹੈ। ਅੱਛਾ, ਖਤਰਨਾਕ ਕੰਮ ਕੀ ਹੈ ਕਿ ਜਿਹੜੀ ਟਰੈਵਲ ਏਜੰਸੀ ਦਾ ਹੈੱਡਕੁਆਟਰ ਹੈ ਜਾਂ ਕਲਕੱਤੇ ਜਾਂ ਬੰਬੇ ਜਾਂ ਦਿੱਲੀ, ਉਹਨਾਂ ਨੇ ਅੱਗੇ ਆਪਣੇ ਬੰਦੇ ਰੱਖੇ। ਉਹ ਬੰਦੇ ਕੀ ਕਰਦੇ ਆ ਵੀ ਬੰਦੇ ਲੱਭ ਕੇ ਇਕੱਠੇ ਕਰ ਦਿੰਦੇ ਆ ਕਿ ਮੈਂ ਤੈਨੂੰ ਲੁਧਿਆਣੇ ਤੋਂ 10 ਬੰਦੇ ਦੇ ਦੂੰ, ਅੰਮ੍ਰਿਤਸਰ ਤੋਂ ਤੈਨੂੰ 20 ਦੇ ਦੂੰ, ਫਲਾਣੇ ਥਾਂ ਤੋਂ 30 ਦੇ ਦੂੰ। ਉਹ ਬੰਦੇ ਇਕੱਠੇ ਕਰਕੇ ਤੇ ਉਹ ਬੰਦੇ ਉਹਨਾਂ ਨੂੰ ਦੇ ਦਿੰਦੇ ਆ। ਅਸਲ ਟਰੈਵਲ ਏਜੰਟ ਜਿਹੜਾ ਉਹ ਬੰਬੇ ਬੈਠਾ ਹੁੰਦਾ, ਜਿਹੜਾ ਸਾਰੀ ਸੌਦੇਬਾਜ਼ੀ ਕਰ ਰਿਹਾ ਹੁੰਦਾ। ਸਮਝਦੇ ਕਿਹਦੀ ਗੱਲ? ਏਦਾਂ ਹੀ ਇੱਕ ਜਿਹੜੀ ਹੋਰ ਬਹੁਤ ਮਤਲਬ ਜਿਹੜੀ ਬਿਲਕੁਲ ਹੀ ਨਹੀਂ ਦਿਖਦੀ, ਜਿਹੜਾ ਮਤਲਬ ਆਹ ਮਤਲਬ ਪੜਦਾ ਆ, ਪਰਦੇ ਦੇ ਪਿੱਛੇ ਕੀ ਹੋ ਰਿਹਾ? ਪਰਦੇ ਦੇ ਪਿੱਛੇ ਹੋ ਰਿਹਾ ਕਿ ਲੇਬਰ ਦੇ ਨਾਂ ਦੇ ਉੱਤੇ ਸਾਡੀਆਂ ਗਰੀਬ ਕੁੜੀਆਂ ਜਿਹੜੀਆਂ, ਸਾਡੀਆਂ ਗਰੀਬ ਧੀਆਂ ਭੈਣਾਂ ਨੌਵਾਂ ਸਾਡੀਆਂ, ਉਹਨਾਂ ਨੂੰ ਅਰਬ ਕੰਟਰੀਆਂ ਦੇ ਵਿੱਚ ਕੰਮ ਕਰਨ ਵਾਸਤੇ ਇੱਥੋਂ ਕਿ ਘਰਾਂ 'ਚ ਕੰਮ ਕਰਨ ਲਈ ਆਓ ਤੁਹਾਨੂੰ ਵੀਜ਼ਾ ਲਵਾ ਕੇ ਦਿੰਦੇ ਆ। ਉਹ ਦੋ ਦੋ ਤਿੰਨ ਤਿੰਨ ਮਹੀਨੇ ਦਾ ਵੀਜ਼ਾ ਲਵਾ ਕੇ ਲੈ ਜਾਂਦੇ। ਅੱਛਾ, ਉਹ ਪਤਾ ਹੀ ਨਹੀਂ ਲੱਗਦਾ ਕਿ ਕੌਣ ਲੈ ਗਿਆ। ਮਤਲਬ ਉਹ ਮਤਲਬ ਜਿਹੜੇ ਪੈਦਲ ਮਤਲਬ ਟਰੈਵਲ ਏਜੰਟ ਦੇ ਜਿਹੜੇ ਤੁਰੇ ਫਿਰਦੇ ਆ, ਮਤਲਬ ਬਸ ਸਮਝ ਲਓ ਕਿ ਤੁਹਾਨੂੰ ਕਹਿਤਾ, ਮੈਨੂੰ ਕਹਿਤਾ ਯਾਰ ਤੇਰੀ ਲਿਆ ਨੌ ਨੂੰ ਲੈ ਜਾਂਦੇ ਆਪਾਂ ਕਰ ਦਿੰਦੇ, ਤੁਸੀਂ ਵਿਸ਼ਵਾਸ ਕਰ ਲਿਆ, ਲਿਆ 75,000 ਰੁਪਈਆ ਦੇ ਤੇ ਚੱਲ। ਉਹ 70,000 ਰੁਪਈਏ ਦਾ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੈ, ਸਵਾਲ ਇਹ ਹੈ ਜੀ, ਕਾਰਵਾਈ ਕਿਉਂ ਨਹੀਂ ਫਿਰ ਕਰਕੇ? ਨਹੀਂ ਕਰ ਰਹੇ, ਇਹਨਾਂ ਤੇ ਕਰ ਰਹੇ, ਇਹਨਾਂ ਤੇ ਸਰ 30 ਤਰੀਕ ਨੂੰ ਮਾਨ ਸਾਹਿਬ ਨੇ ਤੈਅ ਕਰਤਾ ਕਿ ਇਹ ਜਿਹੜੇ ਬੰਦੇ ਆ ਇਹਨਾਂ ਤੇ ਸਖ਼ਤ ਕਾਰਵਾਈ ਕਰਾਂਗੇ, ਇਹਨਾਂ ਨੂੰ ਬੰਦ ਕਰਾਂਗੇ। ਬਹੁਤ ਸਾਰੀਆਂ ਮੈਂ ਲਿਸਟਾਂ ਬਣਾਈਆਂ, ਬਹੁਤ ਸਾਰੇ ਕਾਗਜ਼ ਜਿਹੜੇ ਲਾਜ਼ਮੀ ਕਰਤੇ ਆ ਕਿ ਜੇ ਆਹ ਕਾਗਜ਼ ਲਾਜ਼ਮੀ ਹੋਊਗਾ ਤੁਸੀਂ ਆਪਣਾ ਦਫ਼ਤਰ ਖੋਲ ਸਕਦੇ, ਨਹੀਂ ਤਾਂ ਨਹੀਂ ਖੋਲ ਸਕਦੇ। ਸਮਝਦੇ ਕਿਹਦੀ ਗੱਲ? ਬਟ ਜਿੱਦਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਅੱਜ ਕੱਲ੍ਹ ਹਰ ਘਰ ਚੋਂ ਇੱਕ ਬੰਦਾ ਬਾਹਰ ਗਿਆ, ਅੱਜ ਕੱਲ੍ਹ ਤੇ ਪਹਿਲਾਂ ਤੇ ਕੱਲਾ ਦੁਆਬਾ ਏਰੀਆ ਸੀ, ਹੁਣ ਤੇ ਮਾਝਾ ਮਾਲਵਾ ਵੀ ਸਾਰਾ ਲਗਭਗ ਪੰਜਾਬ ਦੀਆਂ ਸਾਰੇ ਨੁਕਰਾਂ ਚਲੇ ਗਏ ਆ। ਪਰ ਆਪਾਂ ਜਾਣ ਲੱਗਿਆ ਮੈਂ ਪੰਜਾਬੀਆਂ ਨੂੰ ਅਪੀਲ ਕਰੂੰਗਾ ਕਿ ਜੇ ਤੁਸੀਂ ਜਾਣਾ ਹੀ ਆ ਬਾਹਰ, ਜੇ ਆਪਣਾ ਬੱਚਾ ਬਾਹਰ ਭੇਜਣਾ ਹੀ ਆ, ਤੇ ਸਭ ਚੈੱਕ ਤੇ ਕਰ ਲਓ ਕਿ ਜਿਸ ਬੰਦੇ ਨਾਲ ਤੁਸੀਂ ਡੀਲ ਕਰ ਰਹੇ ਹੋ ਬੰਦਾ ਸਹੀ ਆ ਕਿ ਨਹੀਂ ਸਹੀ। ਬਾਕੀ ਅਸੀਂ ਉਹਦੇ ਲਈ ਕਾਨੂੰਨ, ਸਖ਼ਤ ਕਾਨੂੰਨ ਬਣਾ ਰਹੇ, ਮਾਨ ਸਾਹਿਬ ਦੀ ਸਰਕਾਰ ਉਹਦੇ ਤੇ ਲੱਗੀ ਆ, ਅਸੀਂ ਸਖ਼ਤ ਕਾਨੂੰਨ ਬਣਾਵਾਂਗੇ। ਅਸੀਂ ਜਿਹੜਾ ਇਹ ਮਨੁੱਖੀ ਤਸਕਰੀ ਦਾ ਜਿਹੜਾ ਕੰਮ ਹੋ ਰਿਹਾ, ਮਨੁੱਖੀ ਤਸਕਰੀ ਇਹ ਜਿਹੜਾ ਕੰਮ ਹੈ, ਇਹਨੂੰ ਪੰਜਾਬ ਦੀ ਧਰਤੀ ਤੋਂ ਬੰਦ ਕਰ ਦੂਗੀ ਮਾਨ ਸਾਹਿਬ ਦੀ ਸਰਕਾਰ। ਮੈਂ ਇੱਕ ਡੰਕੀ ਰੂਟ ਵਾਲਾ, ਆਪਣੇ ਕੋਲ ਸਮਾਂ ਪਿੱਛੇ ਬਹੁਤ ਘੱਟ ਹੈ, ਤੁਸੀਂ ਜ਼ਿਕਰ ਇਨਫੈਕਟ ਕਰ ਦਿੱਤਾ ਕਿ ਡੰਕੀ ਰੂਟ ਦੇ ਉੱਤੇ ਮੁਕੰਮਲ ਤੌਰ ਤੇ ਫੁੱਲ ਸਟਾਪ ਲੱਗੇ, ਇਸ ਦੇ ਲਈ ਕੀ ਕਰਨਾ ਪਏਗਾ? ਇੱਕ ਹਾਲ ਹੀ ਦੇ ਵਿੱਚ ਤੁਹਾਨੂੰ ਤੁਹਾਡੀ ਨੌਲੇਜ ਦੇ ਵਿੱਚ ਹੋਏਗਾ, ਨਿਕਾਰਾਗੁਆ ਵਾਲਾ ਜਹਾਜ਼ ਜਿਹੜਾ ਫਰਾਂਸ ਤੋਂ ਵਾਪਸ ਭਾਰਤ ਭੇਜ ਦਿੱਤਾ, ਤੇ ਬੜਾ ਅਨਫੋਰਚੁਨੇਟ ਹੈ ਇਸ ਕਰਕੇ ਕਿਉਂਕਿ ਉਹਦੇ ਵਿੱਚ ਮੋਸਟਲੀ ਪੰਜਾਬੀ ਸੀ, ਕਰੀਬ 159-160 ਪੰਜਾਬੀ ਸੀ 276 ਦੇ ਵਿੱਚੋਂ, ਮੋਰ ਦੈਨ 50% ਸੀ, ਉਹ ਇੱਕ ਪੰਜਾਬ ਦੇ ਲਈ ਵੀ ਕੌੜਾ ਸੱਚ ਹੈ। ਇਹ ਰੂਟਸ ਬੰਦ ਹੋ ਜਾਣ ਜਾਂ ਫਿਰ ਉਸ ਵਾਲੇ ਪਾਸੇ ਲੋਕ ਨਾ ਜਾਣ, 40-40, 45-45 ਲੱਖ ਰੁਪਏ ਲਾ ਕੇ ਲੋਕ ਜਾਣਾ ਚਾਹੁੰਦੇ ਨੇ, ਉਹ ਵੀ ਡੰਕੀ ਰੂਟ ਦੇ ਜ਼ਰੀਏ। ਮੈਂ ਇੱਕ ਪਿੱਛੇ ਜਿਹੇ ਖਬਰ ਸੁਣ ਰਿਹਾ ਸੀ ਕਿ ਇੱਕ ਨੌਜਵਾਨ ਪੰਜਾਬ ਦਾ, ਸ਼ਾਇਦ ਪਠਾਨਕੋਟ ਦਾ, ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ, ਘਰ ਦੇ ਪਰੇਸ਼ਾਨ ਹੈ। ਨਹੀਂ, ਮੈਂ ਤੁਹਾਨੂੰ ਬਸ, ਤੁਸੀਂ ਅਸਲ ਪੁਆਇੰਟ ਦੇ ਉੱਤੇ ਆ ਗਏ, ਜਹਾਜ਼ ਵਾਲੀ ਜਿਹੜੀ ਘਟਨਾ ਹੋਈ ਆ, ਤੁਸੀਂ ਇਹ ਦੇਖੋ ਕਿ ਮਨੁੱਖੀ ਤਸਕਰੀ ਦਾ ਜਿਹੜਾ ਧੰਦਾ ਹੈ ਜੀ, ਇੱਕ ਪਿੰਡ ਤੋਂ ਲੈ ਕੇ ਨਿਊਯਾਰਕ ਤੱਕ, ਪੈਰਿਸ ਤੱਕ ਤੇ ਲੰਡਨ ਤੱਕ ਤੇ ਟੋਰਾਂਟੋ ਵੈਨਕੂਵਰ ਤੱਕ, ਕਿੰਨਾ ਵੱਡਾ ਇੱਕ ਇਹ ਮਾਫੀਆ ਹੈ। ਸਰ ਉਹਦੇ ਤੇ ਜਾਣਾ, ਸਮੁੰਦਰੀ ਜਹਾਜ਼ ਤੇ ਜਾਣਾ, ਡੌਂਕੀ ਤੇ ਜਾਣਾ ਵੱਖਰੀ ਗੱਲ ਹੈ ਸਰ, ਪਰ ਤੁਸੀਂ ਇਹ ਕੈਲਕੂਲੇਟ ਕਰੋ ਵੀ ਕਿੱਡਾ ਵੱਡਾ ਇੱਕ ਗਰੋਹ ਆ ਕਿ ਜਹਾਜ਼ਾਂ ਦੇ ਉੱਤੇ ਲੋਕ ਮਤਲਬ ਜਾਣ ਲੱਗ ਗਏ। ਦੋ ਨੰਬਰ ਦੇ ਵਿੱਚ ਜਹਾਜ਼ ਕਿੱਦਾਂ ਇੱਥੋਂ ਫਲਾਈ ਕਰ ਗਿਆ, ਕਿੱਦਾਂ ਉੱਥੇ ਉਤਰ ਗਿਆ, ਕਿੰਨੇ ਪਰਮਿਸ਼ਨ ਦਿੱਤੀ, ਕਿੱਦਾਂ ਦਾ ਨੈਟਵਰਕ ਆ। ਇਹ ਐ ਨਹੀਂ ਹੈ ਕਿ ਮਤਲਬ ਉੱਥੋਂ 17 ਸੈਕਟਰ ਤੋਂ ਜਹਾਜ਼ ਚੱਲਿਆ ਤੇ 30 ਜਾ ਕੇ ਉਤਰ ਗਿਆ, ਮਤਲਬ ਕਿੰਨੇ ਦੇਸ਼ਾਂ ਨੂੰ ਕਲੋਸ ਕੀਤਾ। ਇਹਨੂੰ ਤੁਹਾਨੂੰ ਟੋਟਲੀ ਸੋਚਣਾ ਪਊਗਾ
ਕਿ ਯਾਰ ਇਹ ਬੜਾ ਲੰਬਾ ਚੌੜਾ ਇੱਕ ਵੱਡਾ ਮਤਲਬ ਗਰੋਹ ਆ ਜਿਹੜਾ ਮੈਂ ਸ਼ਬਦ ਵਰਤਿਆ ਮਾਫੀਆ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹ ਸਾਡੀ ਇਹਦੀਆਂ ਜੜ੍ਹਾਂ ਪੰਜਾਬ ਦੇ ਇੱਕ ਪਿੰਡ ਤੋਂ ਲੈ ਕੇ ਨਿਊਯਾਰਕ ਤੱਕ ਟੋਰਾਂਟੋ ਤੱਕ ਵੈਨਕੂਵਰ ਤੱਕ ਲੰਡਨ ਤੱਕ ਸਰ ਪੈਰਿਸ ਤੱਕ ਕਿੰਨੀਆਂ ਡੂੰਘੀਆਂ ਇਹਦੇ ਖਿਲਾਫ਼ ਲੜਾਈ ਜਿਹੜੀ ਅਸੀਂ ਲਾ ਰਹੇ ਹਾਂ ਔਰ ਅਸੀਂ ਕਾਮਯਾਬ ਹੋ ਜਾਵਾਂਗੇ ਜਲਦੀ ਤੁਸੀਂ ਕਹੋ ਤਲੀਅਲ ਜੀ ਕਿਆ ਲੜਾਈ ਉਹਨਾਂ ਖਿਲਾਫ਼ ਵੀ ਹੈ ਜਿਹੜੇ ਇੱਥੋਂ ਚਲੇ ਜਾਂਦੇ ਨੇ ਬਾਹਰ ਵੱਸ ਜਾਂਦੇ ਨੇ ਪਰ ਉੱਥੇ ਇਲੀਗਲ ਐਕਟੀਵਿਟੀਜ਼ ਜਾਂ ਦੇਸ਼ ਵਿਰੋਧੀ ਗਤੀਵਿਧੀਆਂ 'ਚ ਪੈ ਜਾਂਦੇ ਨੇ ਅੱਜ ਹੀ ਪੰਨੂ ਵੱਲੋਂ ਧਮਕੀ ਦਿੱਤੀ ਗਈ ਮੁੱਖ ਮੰਤਰੀ ਨੂੰ ਪੰਜਾਬ ਦੇ ਤਾਂ ਕਿਆ NRI ਡਿਪਾਰਟਮੈਂਟ ਪੰਜਾਬ ਦੀ ਜਿਹੜੀ ਮਿਨਿਸਟਰੀ ਹੈ ਉਹ ਇਸ 'ਤੇ ਕਿਵੇਂ ਡੀਲ ਕਰ ਰਹੀ ਹੈ ਜੋ ਇਲੀਗਲ ਐਕਟੀਵਿਟੀਜ਼ ਨੇ ਔਰ ਉਹ ਥ੍ਰੈਟ ਬਣੇ ਨੇ ਪੰਜਾਬ ਲਈ ਦੇਸ਼ ਲਈ ਨਹੀਂ ਪਹਿਲੀ ਤਾਂ ਬੇਨਤੀ ਹੈ ਕਿ ਜਿਹੜੇ ਬੰਦੇ ਇੱਥੋਂ ਜਾਂਦੇ ਆ ਉਹ ਰੋਟੀ ਕਮਾਉਣ ਜਾਂਦੇ ਆ ਆਪਾਂ ਆਪਣੇ ਪੇਟ ਲਈ ਜਾਂਦੇ ਹਾਂ ਆਪਾਂ ਗਰੀਬੀ ਕਰਕੇ ਆਪਣਾ ਪੰਜਾਬ ਛੱਡਦੇ ਹਾਂ ਆਪਣਾ ਪਿੰਡ ਛੱਡਦੇ ਹਾਂ ਪਹਿਲੀ ਤਾਂ ਮੇਰੀ ਉਹਨਾਂ ਨੂੰ ਇਹ ਬੇਨਤੀ ਹੈ ਕਿ ਸਰ ਆਪਾਂ ਰੋਟੀ ਕਮਾਉਣ ਲਈ ਗਏ ਹਾਂ ਚੰਗੀ ਐਜੂਕੇਸ਼ਨ ਲਈ ਗਏ ਹਾਂ ਸਾਨੂੰ ਉਹੋ ਹੀ ਕੰਮ ਕਰਨਾ ਚਾਹੀਦਾ ਜਿਹੜੀਆਂ ਧਮਕੀਆਂ ਦੇਣ ਵਾਲੇ ਬੰਦੇ ਬੈਠੇ ਆ ਇਹ ਵੀ ਸਾਰੇ ਇੱਕ ਨੈਟਵਰਕ ਆ ਇਹ ਵੀ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਤੇ ਲੋਕਾਂ ਤੋਂ ਪੈਸੇ ਬਟੋਰਨ ਵਾਲਾ ਇੱਕ ਗੈਂਗ ਬੈਠੇ ਆ ਬੜੇ ਬੜੇ ਲੰਬੇ ਚੌੜੇ ਜਿਹੜੇ ਏਦਾਂ ਦੀਆਂ ਚੀਜ਼ਾਂ ਕਰਦੇ ਆ ਪਰ ਉਹਨਾਂ ਦਾ ਅਸਰ ਕੀ ਆ ਕੁਛ ਵੀ ਨਹੀਂ ਕੀ ਅਸਰ ਹੈ ਉਹਨਾਂ ਦਾ ਦੱਸੋ ਤੁਸੀਂ ਨਹੀਂ ਪਰ ਉਹ ਹੈ NRI ਨੇ NRI ਡਿਪਾਰਟਮੈਂਟ ਤੁਸੀਂ ਦੱਸੋ ਨਾ ਪੰਨੂ ਦਾ ਕੀ ਅਸਰ ਹੈ ਪੰਜਾਬ ਚ ਨਹੀਂ ਪਰ ਉਸ ਤੇ ਕਾਰਵਾਈ ਆਪਾਂ ਕੀ ਕਰ ਰਹੇ ਹਾਂ ਕਰਾਂਗੇ ਕਾਰਵਾਈ ਕੀ ਕਿਸ ਤਰੀਕੇ ਦੀ ਕਾਰਵਾਈ ਨਹੀਂ ਸੱਚ ਕਰਦੇ ਕਾਰਵਾਈ ਉੱਤੇ ਕਾਰਵਾਈ ਮਤਲਬ ਕਰ ਰਹੀ ਉੱਤੇ ਕੇਂਦਰ ਗੌਰਮੈਂਟ ਵੀ ਕਰ ਰਹੇ ਅਸੀਂ ਵੀ ਕਰ ਰਹੇ ਉੱਤੇ ਕਾਰਵਾਈ ਕਰਾਂਗੇ ਅਸੀਂ ਕਿਸੇ ਬੰਦੇ ਨੂੰ ਵੀ ਮਤਲਬ NRI ਦੇ ਨਾਂ ਦੇ ਉੱਤੇ ਗੈਰ ਕਾਨੂੰਨੀ ਕਾਰਵਾਈ ਕਰਨ ਲਈ ਪੰਜਾਬ ਚ ਇਜਾਜ਼ਤ ਨਹੀਂ ਦਾਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ ਜਿਹੜੇ ਬੰਦੇ ਏਦਾਂ ਦੇ ਕੰਮ ਕਰਦੇ 1% ਤੋਂ ਘੱਟ ਬੰਦੇ 99% ਬੰਦੇ ਬਾਹਰਲੇ ਦੇਸ਼ਾਂ ਚ ਬੈਠੇ ਭਾਰਤੀ ਨੇ ਪੰਜਾਬੀ ਨੇ ਭਾਰਤ ਨਾਲ ਪਿਆਰ ਆ ਰੋਟੀ ਰੋਜੀ ਕਮਾਉਣ ਗਏ ਆ ਆਪਣੇ ਬੱਚਿਆਂ ਨੂੰ ਸੈੱਟ ਕਰਨ ਗਏ ਆ ਉਹ ਗੈਰ ਕਾਨੂੰਨੀ ਕਾਰਵਾਈ ਦੇ ਸ਼ਾਮਿਲ ਨਹੀਂ ਹੁੰਦੇ ਭਾਵੇਂ ਜੋ ਮਰਜ਼ੀ ਹੋ ਜਾਵੇ ਥੋੜਾ ਜਿਹਾ ਥੋੜੇ 1% ਹੁੰਦਾ ਹੀ ਉਹ ਤਾਂ ਕੋਈ ਚੱਕਰ ਨਹੀਂ ਇੱਥੇ ਵੀ ਆ ਬਾਹਰ ਵੀ ਬੈਠੇ ਮੈਂ ਖੁਦ ਰਿਹਾ 13 ਸਾਲ ਅਮਰੀਕਾ ਚ ਮੈਨੂੰ ਪਤਾ ਉਹ ਥੋੜਾ ਬਹੁਤਾ ਗੁਰਦੁਆਰਿਆਂ ਚ ਹੁੰਦੀ ਆ ਪ੍ਰੋਬਲਮ ਪਰ ਉਹ ਕੋਈ ਏਦਾਂ ਦੀ ਕੋਈ ਗੱਲ ਨਹੀਂ ਕਿ ਉਹ ਵੱਡਾ ਵੱਡਾ ਇੱਕ ਸਾਡੇ ਲਈ ਉਹ ਕੋਈ ਮਸਲਾ ਖੜਾ ਹੋ ਜੂਗਾ ਏਦਾਂ ਦੀ ਕੋਈ ਗੱਲ ਨਹੀਂ ਠੀਕ ਚਲੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਇਸ ਪੂਰੀ ਗੱਲਬਾਤ ਦੇ ਵਿੱਚ ਇਹ ਜ਼ਰੂਰ ਦੱਸਿਆ ਹੈ ਕਿ ਜੇਕਰ ਕੋਈ NRI ਆ ਰਿਹਾ ਅੱਛਾ ਉਹਦਾ ਕੋਈ ਕੰਮ ਹੈ ਕੋਈ ਪਲਾਟ ਨੂੰ ਲੈ ਕੇ ਜਾਂ ਕੋਈ ਹੋਰ ਉਸਦੀ ਦਿੱਕਤ ਹੈ ਤਾਂ ਜਿਹੜੇ ਡਿਪਾਰਟਮੈਂਟ 'ਚ ਜਾ ਰਿਹਾ ਉੱਥੇ ਜਾ ਕੇ ਆਪਣੀ ਟਿਕਟ ਦਿਖਾ ਦੇ ਕਿ ਮੈਂ ਜੀ 16 ਜਨਵਰੀ ਨੂੰ ਆਇਆ ਤੇ ਮੇਰੀ 10 ਫਰਵਰੀ ਨੂੰ ਜਾਂ ਫਿਰ 15 ਫਰਵਰੀ ਨੂੰ ਵਾਪਸੀ ਦੀ ਫਲਾਈਟ ਆ ਉਸ ਤੋਂ ਪਹਿਲਾਂ ਕੰਮ ਕਰਵਾ ਦੋ ਬਿਲਕੁਲ ਤੇ ਕੋਈ ਵਰਬਲੀ ਹੋਏਗਾ ਜਾਂ ਫਿਰ ਡਿਪਾਰਟਮੈਂਟ ਉਹ ਕਹੇਗਾ ਜੀ ਮੈਂ ਤਾਂ ਟਿਕਟ ਦਿਖਾਈ ਡਿਪਾਰਟਮੈਂਟ ਵੱਲੋਂ ਪੂਰੀ ਟਿਕਟ ਵਗੈਰਾ ਚੈੱਕ ਕਰਦੇ ਡਿਪਾਰਟਮੈਂਟ ਬਾਅਦ ਦੇ ਵਿੱਚ ਕਹੇ ਜੀ ਨਹੀਂ ਮੈਂ ਤੁਹਾਡੇ ਰਾਹੀਂ ਇੱਕ ਤਾਂ NRI ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਪਹਿਲੀ NRI ਮਿਲਣੀ ਜਿਹੜੀ CM ਸਾਹਿਬ ਦੀ ਅਗਵਾਈ 'ਚ ਹੋ ਰਹੀ 3 ਤਰੀਕ ਨੂੰ ਪਠਾਨਕੋਟ ਹੋ ਰਹੀ 3 ਫਰਵਰੀ ਨੂੰ ਜੀ ਉੱਥੇ ਆਉਣ ਜਿੰਨਾ ਜਿੰਨਾ ਦੀ ਸਮੱਸਿਆ 9 ਤਰੀਕ ਨੂੰ ਨਵੇਂ ਸ਼ਹਿਰ ਹੋਣੀ ਆ ਉੱਥੇ ਆਉਣ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੋਣੀ ਆ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਹੋਣੀ ਆ ਠੀਕ ਹੈ ਕਿਸੇ ਪਿੰਡ ਦੇ ਵਿੱਚ ਕਰਨੀ ਅਸੀਂ ਉੱਥੇ ਆਉਣ 22 ਤਰੀਕ ਨੂੰ ਫਿਰੋਜ਼ਪੁਰ ਕਰਾਂਗੇ ਸਾਰੇ ਏਰੀਏ ਵੰਡੇ ਆ 5-5-6 ਜ਼ਿਲ੍ਹੇ ਜਿਹੜੇ ਵੰਡਤੇ ਆ ਇਹ ਫਰਵਰੀ ਦਾ ਜ਼ਿਕਰ ਕਰ ਫਰਵਰੀ ਦਾ ਸਾਰੇ 22 ਤੱਕ ਚਾਰੇ ਹੋ ਜਾਣੀਆਂ ਠੀਕ ਹੈ ਦੁਨੀਆ ਭਰ ਦੇ NRI ਨੂੰ ਬੇਨਤੀ ਆ ਕਿ ਜਿੱਥੇ ਵੀ ਗਏ ਦੀ ਸਮੱਸਿਆ ਉਹ ਮੌਕੇ ਤੇ ਆਉਣ ਉਹਨਾਂ ਦੀ ਸਮੱਸਿਆ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੱਲ ਕਰੂ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਉਮੀਦ ਕਰਦੇ ਹਾਂ ਕਿ ਜਿਹੜੇ NRI ਦੀਆਂ ਦਿੱਕਤਾਂ ਨੇ ਉਹਨਾਂ ਤੱਕ ਇਹ ਗੱਲ ਪਹੁੰਚੇਗੀ ਔਰ ਜ਼ਰੂਰ ਉਸ ਨੂੰ ਹੱਲ ਕਰਵਾਉਣ ਦੇ ਲਈ NRI ਮਿਲਣੀਆਂ ਦੇ ਵਿੱਚ ਵੀ ਪਹੁੰਚਣਗੇ ਤੇ ਉੱਥੇ ਵੀ ਉਹ ਸਾਰਟ ਆਊਟ ਹੋਣਗੇ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਵਾਪਸ ਰੁਕ ਕਰਦੇ ਹਾਂ ਨਪਿੰਦਰ ਤੇ ਸਰਬਜੋਤ ਤੇ ਆਸਨ ਮੰਤਰੀ ਕੁਲਦੀਪ ਧਾਲੀਵਾਲ ਆਪਣੇ ਮਹਿਕਮੇ 'ਚ ਤਮਾਮ ਪਹਿਲਕਦਮੀਆਂ ਕਰਦੇ ਹੋਏ ਤੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਦੇ ਹੋਏ
ਸਰ ਤੁਸੀਂ ਨਿਊਜ਼ 18 ਦੇ ਮੰਚ ਤੇ ਜੁੜੇ ਨਾਓ ਆਈ ਵੁੱਡ ਰਿਕੁਐਸਟ ਮਾਈ ਕੁਲੀਗਸ ਗੌਰਵ ਸ਼ੁਕਲਾ ਐਂਡ ਅਮਨ ਪਾਠਵਾਸ਼ ਟੂ ਫੈਲੀਸਟੇਟ ਆਰ ਆਨਰੇਬਲ ਮਿਨਿਸਟਰ ਤਾਂ ਬਿਲਕੁਲ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਵਿਦੇਸ਼ ਦਾ ਤਜਰਬਾ ਵੀ ਹੈ ਖੁਦ ਰਹਿ ਕੇ ਆਏ ਨੇ ਲੰਬਾ ਟਾਈਮ ਬਾਹਰ ਤੇ ਉਹਨਾਂ ਨੂੰ ਪਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਜਾਂ ਹੋਰ ਅਨੇਕਾਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਧਾਲੀਵਾਲ ਸਾਹਿਬ ਨੇ ਰਲ ਮਿਲ ਕੇ ਤੇ ਤਾਂ ਕਿ ਤੁਹਾਡੇ ਦਾ ਸਾਥੀ ਨੇ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਆਸ ਕਰਦੇ ਹਾਂ ਧਾਲੀਵਾਲ ਸਾਹਿਬ ਲਓ ਜੀ ਦਾਅਵਾ ਕਰਦੇ ਨੇ ਕਿ ਕਿਸੇ ਨੂੰ ਮੁਸ਼ਕਲ ਨਹੀਂ ਆਉਣ ਦਿੰਦੇ ਘਬਰਾਓ ਨਾ ਤਾਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਧਾਲੀਵਾਲ